ਬਾਲੂ ਖਾ ਤੇ ਨਹੀਂ ਅੱਲਾ ਖੈਰ ਕਰੇ ਇਹ ਤਾਂ ਛੋਕਰੀ ਭੂਰਲ ਦੀ ਭੈਣ ਹੈ ਅੱਲਾ ਖੈਰ ਕਰੇ ਲੱਗਦਾ ਏ ਕੋਈ ਤੂਫਾਨ ਆਉਣ ਵਾਲਾ तू क्या कर घिन से शायद तू मेरे को जान दी कहीं नहीं आज मैं तेरे को कहीं ना छुड़े सा चुप करके मेरे सीने ना लगवा जबान को लगाम दे बगैर ता तू बालू खा को बगैर ता खाई ता बाला तेरे को बालू खा बगैर ती करके दिखे माफी मन तुम निकलवा जमीन ते रह के आसमान ते हथ लावन की कोशिश ना कर मैं तेको बुजुर्ग और समझ के माफ करेना बस एदी शर्त है कि तू चुप करके मेरा रास्ता छोड़ दे क्यों जो बालू खां कहीं को अपना दुश्मन दिंदा है ना अपना शिकार मेरे को तो इने लगदे बालू खान तेको अपनी जिंदगी प्यारी कहनी जिंदगी प्यारी हुंदी ते मौत नाल खेडन दा शौक ना हुंदा जे को सड मारनी है मार के दुपट्टा लहा दे तू अपनी मौत को आवाज दिती है अज मैं तेको इयो जई मौत मरदा तेरी सारे पेट दर्द दा वक्त
ਇਬਰਤਾਂ ਨਿਸ਼ਾਨ ਪੜਦੇ ਸੀ। ਇਹਦੀ ਕੰਡ ਲਾਵਣ ਕੀਤੇ ਤਾਂ ਮੈਂ ਇਹ ਪੁੱਤਰ ਜਣੇ ਅੱਜ ਤੇ ਖੈਰ ਕੀਤੇ ਪੁੱਤਕੂ ਮੈਂ ਪਾਸ ਪਾਸ ਕਰੂੰਗਾ। बाबा सिंह होश करो, काकू पता तुसा तुसा क्या करेंदे पेवे? क्या ठीक है ताकू? ठीक है ताकू, ताकू भालू दी मौत दा ढेर अफसोस थे। होश करो बाबा सिंह, होश करो। ना ना मेरे को कोई सदमा कह नहीं थिया, वो मेरे को कोई सदमा नहीं थिया, वो खुशी है जो पुत ते बाप बकू खां दा कोई दुश्मन पैदा थे। जश्न मनाओ, ढोल बजाओ, झुमरा बोल झुमरा। लाज़मी अपने मुंह में चुना कठी
ਨਤਰ ਮੈਂ ਪੱਕ ਦੇ ਨਾਲ ਨਾਲ ਦੇਖੂਗੀ। ਬੋਲ ਬੱਬੂ ਖਾਨ ਬੋਲ, ਚੁੱਪ ਕਿਉਂ ਥੀਗੀ? ਮੈਂ ਕੋ ਵੀ ਖੁਦਾ ਦੇ ਵਾਸਤੇ ਗੋਲੀ ਮਾਰ ਦੇ, ਗੋਲੀ ਮਾਰ ਦੇ। ਓਹੋ ਮਸੇਨ, ਸਮਝਣ ਦੀ ਕੋਸ਼ਿਸ਼ ਕਰੋ। ਅਸਾਂ ਆਪਣੇ ਭਰਾ ਬਾਲੂ ਖਾਨ ਦੇ ਕਬਰ ਦੀ ਮਿੱਟੀ ਖੁਸ਼ਕ ਹੋਣ ਤੋਂ ਪਹਿਲਾਂ ਇਹਦੇ ਕਾਤਲਾਂ ਤੋਂ ਮੁਕਾ ਤੇ ਰੱਖਦੇ ਸੂ। ਅੱਜ ਕਈ ਅੱਖ ਚੋਂ ਹੰਝ ਨਾ ਵਹੇ, ਕੋਈ ਅੱਜ ਵਹਿਣ ਨਾ ਪਾਵੇ। ਜੇ ਕਈ ਵਹਿਣ ਪਾਤਾ ਤੇ ਮੈਂ ਉਹਦਾ ਗਾਡਾ ਲਹਾ ਦੇਸਾਂ, ਜੇ ਕੋਈ ਅੱਖ ਹੰਝ ਵਹੀ ਤੇ ਮੈਂ ਉਹਦੀ ਅੱਖ ਕਢਾ ਦੇਸਾਂ। ਓਏ ਮਾਲੂ, ਓਏ ਹੀਰਿਆ ਕਾਲੂਆ, ਓਏ ਵੰਨੋ ਸਾਰੀ ਬਸਤੀ ਅੱਜ ਸੱਡਾ ਦੇ ਦੇਵੋ। ਓਏ ਜਸ਼ਨ ਮਨਾਵੇ ਅੱਜ ਸਾਰੀ ਬਸਤੀ। ਓਏ ਅੱਜ ਸਾਕੂ ਦੁਸ਼ਮਣ ਮਿਲੇ, ਹੀਰਾ ਤੇ ਹੀਰਾ ਦੀ ਲਾਸ਼ ਤੇ ਵਹਿਣ ਪੈਣ ਤੇ ਤੁਸਾਂ ਕੀ ਹਜੇ ਭਿਰਾ ਵੇ ਜਿਹੜੇ ਭਿਰਾ ਦੀ ਲਾਸ਼ ਤੇ ਖੜਨੇ ਝੁਕਰਾ ਤੇ ਪੈਂਦੇ ਵੇ। ਮੈਂ ਤੁਹਾਨੂੰ ਰੱਬ ਦਾ ਵਾਸਤਾ ਦੇਨੀਆ, ਇਹ ਕਤਲ ਕੋਈ ਨਹੀਂ, ਖਤਮ ਕਰ ਦਿਓ ਤੇ ਨਾ ਹੀ ਨੋ ਬਦਲਾ। ਮੈਂ ਕੋ ਤੁਹਾਡੀ ਜ਼ਿੰਦਗੀ ਦੀ ਲੋੜ ਹੈ। ਅੱਬਾ ਸਹੀ, ਅੰਮਾ ਸਹੀ, ਠੀਕ ਆਗਦੇ ਪੈਣ ਛੋੜ ਦੇ ਦੁਸ਼ਮਨੀਆਂ, ਇਹਨਾਂ 'ਚ ਕੁਝ ਨਹੀਂ ਰੱਖਿਆ ਸਿਵਾਏ ਕਤਲੋ ਗਾਰਤ ਤੇ ਤਬਾਹੀ ਦੇ। ਛੋੜ ਦਿਓ ਖੁਦਾ ਦੇ ਵਾਸਤੇ ਸਾਰਾ ਕੁਝ ਛੋੜ ਦਿਓ। ਸਾਰੀ ਬਸਤੀ ਅੱਜ ਸੱਡਾ ਦੇ ਦੇਵੋ। ਓਏ ਜਸ਼ਨ ਮਨਾਵੇ ਅੱਜ ਸਾਰੀ ਬਸਤੀ। ਪੁਲਿਸ ਤਾਂ ਨਾਹਕ ਵੀ ਸੂਲੀ ਤੇ ਚੜਾ ਕੇ ਦੇਣੀ ਹੈ। ਤੂੰ ਤਾਂ ਵੱਲ ਇੱਕ ਕਤਲ ਕੀਤੀ, ਮੈਂ ਤੇ ਕੋ ਵਾਸਤਾ ਦੇਣੀ ਆਪਣੀ ਜ਼ਿੰਦਗੀ ਦਾ। ਸਾਕੂ ਭੁਰਲ ਦੀ ਤਲਾਸ਼ ਹੈ, ਕਿੱਥੇ ਹੈ ਭੁਰਲ? ਭੁਰਲ ਘਰ ਕਹਿਣੀ, ਸਾਕੂ ਪਤਾ ਹੋਵੇ ਹਾਂ, ਅਸਾਂ ਤੁਹਾਨੂੰ ਦੱਸ ਦੇਊਂਗਾ। ਘਰ ਕੋਈ ਨਹੀਂ, ਉਹਨੂੰ ਆਖੋ ਕਿ ਆਰਾਮ ਨਾਲ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦੇ। ਰਸ਼ੀਦ, ਯੈਸ ਸਰ। ਆਓ ਪੂਰੇ ਘਰ ਦੀ ਤਲਾਸ਼ ਗਿਨੋ। ਤੁਸੀਂ ਹੀ ਪਾਸਾ ਵਜੋ। ਯੈਸ ਸਰ। ਸਾਰੇ ਘਰ ਦੀ ਤਲਾਸ਼ ਗਿਨੋ, ਇੱਕ ਇੱਕ ਚੀਜ਼ ਦੀ ਤਲਾਸ਼ ਗਿਨੋ। ਤੁਹਾਡੇ ਵਾਸਤੇ ਬਿਹਤਰ ਇਹੀ ਹੋਏ ਕਿ ਭੁਰਲ ਨੂੰ ਆਖੋ ਕਿ ਉਹ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦੇਵੇ, ਨਹੀਂ ਤੇ ਚੰਗਾ ਨਾ ਹੋਵੇ। ਅੰਬਾ ਸਹੀ, ਤੁਸਾਂ ਸਮਝਦਾਰ ਲੱਭੋ ਮੈਨੂੰ। ਤੁਹਾਡੇ ਵਾਸਤੇ ਬਿਹਤਰ ਇਹੀ ਹੋਏ ਕਿ ਤੁਸਾਂ ਉਹਨੂੰ ਸਮਝਾਓ, ਤੂੰ ਇੱਕ ਕਤਲ ਕੀਤੇ, ਕਤਲ ਉਹਦੀ ਸਜ਼ਾ ਫਾਂਸੀ ਹੈ, ਸਮਝੀ? ਪਤਾ ਹੈ ਸਾਰਾ ਮੀਸਣੇ ਹੋ ਤੁਸਾਂ, ਮੀਸਣੇ। ਸਰ ਪੂਰੇ ਘਰ ਦੀ ਤਲਾਸ਼ ਨਹੀਂ ਦੇ, ਭੁਰਲ ਨਹੀਂ ਪਾਉਣੀ। ਸਰ ਮੈਨੂੰ ਤਾਂ ਲੱਗਦਾ ਉਹ ਪਰਲੀ ਖਾਨੇ ਚੱਲ ਗਿਆ, ਉਸ ਨੂੰ ਨਿਸ਼ਾਨ ਲੱਗਦਾ। ਸਰ ਤੇਰੀ ਗਾਂ ਠੀਕ ਹੈ, ਦੇਖ ਹਿੰਸਾ ਮੈਂ ਤਾਂ ਕੁੱਕ। ਸਰ ਪੂਰੇ ਘਰ ਦੀ ਤਲਾਸ਼ ਹਿੰਦ ਗਈ ਸਰ, ਹਰ ਕੋਈ ਨਹੀਂ ਸਰ। ਮੇਰਾ ਖਿਆਲ ਬਸ਼ੀਰ ਤੇਰੀ ਵਾਲੀ ਗੱਲ ਠੀਕ ਹੈ, ਉਹ ਯਕੀਨ ਹੈ ਕੰਨ ਟੱਪ ਕੇ ਬਚਿਆ ਸੀ। ਯੈਸ ਸਰ, ਯੈਸ ਸਰ। ਇਹ ਕਿ ਹਿੰਸਾ ਮੈਂ ਭੁਰਲ ਕੋ ਵੀ ਤੇ ਤਾਂ ਕੋ ਵੀ, ਆਓ ਮੇਰੇ ਨਾਲ, ਬਤਾਓ ਨਿਕਾਲੇ।
ਬਾਬਾ ਸਾਹਿਬ ਬੰਦੇ ਆਏ ਬੈਠੇ ਨੇ ਔਰਤਾਂ ਵੀ ਆਏ ਤੂੰ ਔਰਤਾਂ ਹੀ ਆਇਆ ਬੈਠੇ ਨੇ ਕਿਹੜੇ ਪਾਸੇ ਸਾਡੇ ਪਾਸੋਂ ਦੁਆ ਦਿਓ ਬਾਬਾ ਹੈ ਜਾਦੂ ਤੈਨੂੰ ਜੇ ਚਾਰ ਕਰਨ ਦੇ ਅੱਜ ਕਾਲਾ ਜੋੜਾ ਪਾਸ ਆ ਦੀ ਫਰਮਾਇਸ਼ ਤੇ ਜ਼ਰੂਰ ਜ਼ਰੂਰ ਢੋਲਾ ਨਿੱਕਾ ਜੋ ਹੈ ਆਮੀਨ ਕਰੋ ਆਮੀਨ 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 ਦਸ ਮਈ ਇਹ ਮੁੰਦਰੀਆ ਕਿੱਥੋਂ ਆ ਜਾਣੀ ਸਹੀ ਇਹ ਤਾਂ ਮੇਰੀ ਸ਼ਾਦੀ ਦੀ ਆਈ ਸ਼ਾਦੀ ਚੱਲੇ ਜੀ ਵਾਲਾ ਇੱਥਾ ਕਿਉਂ ਆਈ ਬਾਬਾ ਸਿੰਘ ਮੇਰਾ ਪਾਏ ਰਾਤਾਂ ਕੋ ਘਰ ਕੇ ਨਹੀਂ ਆਉਂਦਾ ਦੀ ਕੁਆਂਦੇ ਕਿ ਨਹੀਂ ਕਰੀ ਆਉਂਦੇ ਨੀਂਦਾ ਵੀ ਨਹੀਂ ਆਉਂਦੀ ਤੇ ਦੀ ਕੁ ਬਾਬਾ ਹੈ ਜਾਨੂ ਤੈਨੂੰ ਜੇ ਚਾਰ ਕਰ ਦੇਸੇ ਸਹੀ ਮੈਂ ਚਾਹਨੀ ਆ ਕਿ ਉਹ ਹਮੇਸ਼ਾ ਵਾਸਤੇ ਘਰ ਆਵੰਦੇ ਅਗਰ ਨਾ ਆਇਆ ਤਾਂ ਬਾਬਾ ਆਵੇ ਸੀ ਹੱਕ ਹੱਕ ਬਾਬਾ ਮੇਰਾ ਮਤਲਬ ਹੈ ਤੁਹਾਡੇ ਘਰੇ ਚਿੱਲਾ ਥੀ ਸੀ ਬਾਬਾ ਸਿੰਘ ਤੁਸੀਂ ਚਿੱਲਾ ਕਦਾਂ ਕਦੇ ਸੋ ਜਦਾਂ ਤੁਹਾਡਾ ਹੁਕਮ ਹੋਵੇ ਕਰ ਲੈ ਸੋ ਬਾਬਾ ਸਿੰਘ ਮੈਂ ਕਦੀ ਤਾਂ ਸੋਚਿਆ ਨਾ ਕਿਹੜੇ ਦਿਨ ਤੁਸੀਂ ਚਿੱਲਾ ਕਰੇ ਸੋ ਤਾਂ ਕਿ ਮੈਂ ਇੰਤਜ਼ਾਮ ਕਰਾਂ ਘਰੇ ਬਾਬਾ ਤਾਂ ਹਰ ਵਕਤ ਜਲਾ ਲੇਕਿਨ ਆਪੋ ਤਾਂ ਹੁਣ ਕਰ ਲੈ ਨੂੰ ਠੀਕ ਹੈ ਬਾਬਾ ਸਿੰਘ ਜਿਹੜਾ ਤੁਹਾਡਾ ਹੁਕਮ ਹੁਕਮ ਬਾਬੇ ਦਾ ਮੈਂ ਬਾਬੇ ਦਾ ਹੁਕਮ ਬੰਦੇ ਭਜਾਵਾਂ ਦੁਆ ਦੇਵਣੀ ਹੋਵੇ ਜੋ ਕਰੇ ਸੇ ਬਾਬਾ ਬੰਦੇ ਦੇ ਸਾਹਮਣੇ ਕਰੇ ਸੀ ਹੱਕ ਹੱਕ ਪਾਣੀ ਭਰਾਓ ਬਾਬਾ ਸਿੰਘ ਪਾਣੀ ਕਿਹੜੇ ਬਰਤਨ ਵਿੱਚ ਹੋਵੇ ਮਤਲਬ ਗਿਲਾਸ ਵਿੱਚ ਬੋਤਲ ਵਿੱਚ ਜਾਂ ਲੋਟੇ ਵਿੱਚ ਕਿੱਥੋਂ ਦਾ ਹੋਵੇ ਪਾਣੀ ਮੇਰਾ ਮਤਲਬ ਹੈ ਨਲਕੇ ਦਾ ਹੋਵੇ ਜਾਂ ਖੂਹੀ ਦਾ ਹੋਵੇ ਨਲਕੇ ਦਾ ਹੋਵੇ ਅੱਛਾ ਨਲਕਾ ਤਾਂ ਲੱਭਣਾ ਪੋਸੀ ਲਾਓ ਦਰਬਾਰ ਦੇ ਪਿੱਛੋਂ ਹੈ ਓ ਖੜੇ ਵੇ ਕਿਹੜੇ ਪਾਸੇ ਬਾਬਾ ਸਿੰਘ ਮੇਕੂ ਤਾਂ ਕਹਿਣੀ ਨਜ਼ਰ ਆਂਦਾ ਇਹ ਖੂਹੀ ਦੇ ਨਾਲ ਹੀ ਪਿਛਲਾ ਜਿਹੜਾ ਖੂਹੀ ਦੇ ਖੂਹੀ ਹੈ ਨਾ ਹਾਂ ਹਾਂ ਉਹਦੇ ਪਰੋਂ ਨਲਕਾ ਲਗਾ ਖੜੀ ਅੱਛਾ ਬਲ ਮੈਂ ਹੁਣੇ ਤੁਹਾਡੇ ਵਾਸਤੇ ਪਾਣੀ ਗੀਂਦ ਰਹੀ ਨਲਕਾ ਨਾਲ ਪਾਣੀ ਕੱਢੇ ਤਾਂ ਖੂਹੀ ਕੋਲੋਂ ਕੱਢੀ ਆਵੀਂ ਠੀਕ ਹੈ ਬਾਬਾ ਸਿੰਘ ਠੀਕ ਹਾਂ ਬਈ ਹੈ ਕੋਈ ਅੱਖੀ ਬੰਦ ਕਰ ਗਈ ਨੋ ਸਾਰੇ ਬਾਬਾ ਮੰਤਰ ਪੜਦਾ ਪੇ ਅੱਖੀ ਬੰਦ ਜੇ ਅੱਖੀ ਖੋਲੇ ਉਹਦੇ ਪੈਸੇ ਸੜਵੇ ਸਨ ਹੱਕ ਹੱਕ ਅੱਖੀ ਬੰਦ ਕਰੋ ਬੱਚਾ ਬਾਬਾ ਸਹੀ ਇੱਕ ਮਿੰਟ ਬਾਬਾ ਸਹੀ ਇੱਕ ਮਿੰਟ ਇਹ ਤੁਹਾਡਾ ਪਾਣੀ ਕਿੱਥੇ ਗਿਆ ਬਾਬਾ ਸਹੀ ਇਹ ਲੋਟੇ 'ਚ ਪਾਣੀ ਹੈ ਨਹੀਂ ਹਾਂ ਬਾਬਾ ਸਹੀ ਇਹ ਵੜ ਦੇ ਪਿੱਛੇ ਰੱਖ ਅੱਛਾ ਬਾਬਾ ਸਹੀ ਬਾਬਾ ਸਹੀ ਬਾਬਾ ਸਹੀ ਮੇਰੀ ਅੰਗੂਠੀਆਂ ਵੀ ਡਬਲ ਕਰਾਇਆ ਚਾਰ ਇੱਕ ਦਿਨ ਉਹਨੂੰ ਦੇ ਚਾਰ ਚਾਰ ਹੱਕ ਹੱਕ ਧੀਮੇ ਸੇ ਨਾ ਮੇਰੀ ਅੰਗੂਠੀ ਡਬਲ ਬਾਬਾ ਜੀ ਮੇਰੇ ਅੰਗੂਠੇ ਵੀ ਡਬਲ ਚੈੱਕ ਕਰਾ ਠੀਕ ਹੈ ਅੱਖੀ ਬੰਦ ਕਰ ਬੱਚਾ ਬੰਦ ਕਰ ਹਾਂ ਬਾਬਾ ਜੀ ਬੰਦ ਅੱਖੀ ਕੋਲ ਆ ਹੁੰਦਾ ਸੋਨਾ ਖਤਮ ਹੱਕ ਐਸਾ ਖਤਮ ਹੱਕ ਸਭ ਕੋਈ ਖਤਮ ਹੱਕ ਅੱਖੀ ਬੰਦ ਨੇ ਬਾਬਾ ਅੱਖੀ ਬੰਦ ਰੱਖਣਾ ਹੈ ਬੰਦ ਚਲੀਏ ਦੁਨੀਆ ਦੀ ਉਸ ਨੁਕਰੇ ਜਿੱਤੇ ਬੰਦਾ ਨਾ ਬੰਦੇ ਦੀ ਜ਼ਾਤ ਹੋਵੇ ਗਾਣਾ ਨਾ ਸਮਝੋ ਮੰਤਰ ਹੈ ਮੰਤਰ ਹੱਕ 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 ਮੇਰਾ ਨਾਂ ਹੈ ਨਬਲਾ ਮੈਂ ਬਜਾ ਨਹੀਂ ਸੀ ਤੇਰਾ ਤਬਲਾ ਚੱਲ ਵੰਡੇ ਕੁਛ ਕਰ ਸਕਦੇ ਪਰ ਕੋਸ਼ਿਸ਼ ਕਰੇ ਸੀ ਤੂੰ ਸਾਡਾ ਜਿਹੜਾ ਸਮਾਨ ਹੈ ਉਹ ਬਰਾਮਦ ਜ਼ਰੂਰ ਕਰੋ ਬਚ ਕੇ ਤਾਂ ਬਰਾਮਦ ਅੱਛਾ ਇਹ ਦੱਸੋ ਦੇਰ ਚੁੱਕੀ ਚਾਹੀਏ
ਕੌਣ ਹੈ ਤੂੰ? ਮੇਕੂ ਤਾਂ ਪੁਲਿਸ ਦਾ ਮੁਖਬਰ ਲੱਗੇ। ਵਾਲ ਤੇ ਮੈਂ ਕੰਮ ਹੀ ਤਮਾਮ ਕਰ ਦਿਉਂ। ਆ ਮੇਰੇ ਨਾਲ। ਦਲੇਰ ਬੰਦੇ ਦੀ ਕੰਡ ਤੇ ਵਾਰ ਕਰਨਾ ਦਲੇਰੀ ਨਹੀਂ ਬੁੱਸ ਲਈਏ। ਮੈਂ ਤੇਰੀ ਅਜ਼ਮਤ ਕੋ ਦਲੇਰੀ ਕੋ ਸਲਾਮ ਤੇ ਮੈਂ ਇਹ ਦਲੇਰ ਦਾ ਨਾਂ ਪੁੱਛ ਸਕਦਾ? ਮੇਰਾ ਨਾਂ ਭੂਰਲ। ਸਰਦਾਰ ਸਾਹਿਬ ਮੇਕੂ ਦਾ ਪੁਲਿਸ ਦਾ ਮੁਖਬਰ ਲੱਗਦੇ। ਮੈਂ ਪੁਲਿਸ ਦਾ ਮੁਖਬਰ ਨਹੀਂ, ਪੁਲਿਸ ਮੇਕੂ ਲਭੈਂਦੀ ਹੁੰਦੀ। ਜੇ ਮੇਰੇ ਉੱਤੇ ਸ਼ੱਕ ਹੈ ਤੁਸਾਂ ਮੇਕੂ ਗੋਲੀ ਮਾਰ ਦਿਓ। ਨਾ ਭੁਰਲ ਨਾ, ਅਸਾਂ ਦਲੇਰ ਲੋਕਾਂ ਦੀ ਕਦਰ ਕਰਨ ਨੂੰ ਤੇ ਮੈਂ ਇਹ ਪੁੱਛ ਸਕਦਾ ਕਿ ਪੁਲਿਸ ਤੇਰੇ ਪਿੱਛੋਂ ਕਿਉਂ ਵਧੀ ਹੈ? ਸਰਦਾਰ ਸਾਹਿਬ ਮੈਂ ਇੱਜ਼ਤ ਤੇ ਦੁਸ਼ਮਣ ਕੋ ਕਤਲ ਕੀਤਾ, ਜਿਸ ਗੱਲ ਮੇਕੂ ਪੁਲਿਸ ਉਲੈਂਦੀ ਵਧੀ। ਵਾਹ ਭੁਰਲ ਵਾਹ, ਮੇਕੂ ਬੜੀ ਖੁਸ਼ੀ ਥੀ ਹੈ, ਇੱਕ ਬੇਗੈਰਤ ਕੋ ਮਾਰਤੇ ਤੂੰ ਗੈਰਤ ਦਾ ਨਾਂ ਉੱਚਾ ਕਰ ਦਿੱਤੀ। ਅਗਰ ਤੇ ਕੋ ਇਤਰਾਜ਼ ਨਾ ਹੋਵੇ ਤਾਂ ਮੈਂ ਤੇ ਕੋ ਆਪਣੇ ਗੈਂਗ ਵਿੱਚ ਸ਼ਾਮਿਲ ਕਰੇਂਦਾ। ਤਕਦੀਰ ਤੁਹਾਡੇ ਕੋਲ ਘੇਨੀ ਆਈ ਏ ਤੇ ਦਸ ਮਿਲਾ, ਮੇਕੂ ਤੁਹਾਡੀ ਦੋਸਤੀ ਕਬੂਲ ਹੈ। ਤੇ ਵੱਲ ਸੱਤ ਮਿਲਾ ਮਸਤੂ ਖਾਨ, ਅੱਜ ਤੋਂ ਬਾਅਦ ਤੇਰੇ ਯਾਰੀ ਨਿਭੇਸੇ। ਭੂਰਲ ਵੀ ਤੇਰੇ ਉੱਤੇ ਆਪਣੇ ਖੂਨ ਦਾ ਆਖਰੀ ਕਤਰਾ ਕੁਰਬਾਨ ਕਰ ਦੇ। ਭੂਰਲ ਆਓ ਚਲੋ। ਤੁਸੀਂ ਰੋਟੀ ਖਾ ਗਈ ਨਾ ਮੇਰੇ ਬੱਚੇ, ਮੇਰੇ ਕੋ ਤਾਂ ਇੱਕੋ
ਕਿੱਥੋਂ ਦੇਖ ਕੇ ਖਾਣਾ ਬਣਾਓ ਸੀ ਮਾਂ ਇਹ ਸੁਣਾ ਨਾ ਕਰ ਤੂੰ ਬੁਰਨ ਕੀ ਤੇ ਦੁਆ ਕਰ ਮੈਂ ਕੋਈ ਨਹੀਂ ਹੁੰਦਾ ਹੁੰਦਾ ਰੱਬ ਸੁਣਾ ਅੰਮਾ ਅੱਦਾ ਨਾ ਸੇ ਬਿਲਕੁਲ ਠੀਕ ਆ ਦਬੀ ਬਸ ਤੁਸਾਂ ਬੁਰਨ ਕੀ ਤੇ ਦੁਆ ਕਰ ਬੁਰਨ ਦੀ ਫਿਕਰ ਤੇ ਨਾ ਆਈ ਤੇਰੀ ਫਿਕਰ ਵੀ ਖਤ ਕਿ ਦੁਸ਼ਮਣ ਕਹੀਂ ਵੇ ਲੋ ਸਾਡੇ ਸਿਰ ਤੇ ਆ ਗਿਆ ਤੇ ਕੀ ਹਾਲ ਸੀ ਅੰਮਾ ਤੂੰ ਫਿਕਰ ਨਾ ਕਰ ਦੁਸ਼ਮਣ ਕੋ ਇੱਕ ਵਾਰੀ ਥਾਵਨ ਕਡੇ ਕਸਮ ਹੈ ਮੈਂ ਤੂੰ ਤੇਰੀ ਚਾਦਰ ਦੀ ਮੈਂ ਉਹ ਕੋਈ ਜਿੰਦਾ ਕਹਿਣਾ ਵਾਂ ਨਹੀਂ ਦੇ ਸਕਦਾ ਤੁਹਾਡੀ ਇਹ ਜੁਰਤ ਜੋ ਤੁਸੀਂ ਭੱਕੋ ਦੇ ਰਸਤੇ ਜਾਓ ਇਵੇਂ ਲੱਗਦੇ ਜਿਵੇਂ ਤੁਸੀਂ ਮੈਂ ਕੋ ਜਾਣ ਦੇ ਕਹਿਣਵੇ ਜਾਣਵੇ ਆ ਤੁਹਾਕੋ ਕਲਮ ਸਾਹ ਨੂੰ ਕੁੱਤਾ ਬਹੁ ਗਿਆ ਚੀਕਾ ਨਿਕਲ ਗਿਆ ਨੇ ਹੋ ਗਿਆ ਹੋਵੇ ਤੂੰ ਕਹਿਣ ਲੱਗਾ ਅਸੀਂ ਨਾਰਾਜ਼ ਕਿ ਥੀਨੋ ਸ਼ੱਕਰ ਕੋਨੋ ਤਾਂ ਛੂਰ ਲੱਗਦੀ ਤੇ ਗਾਲ ਨਹੀਂ ਜਿਹੜਾ ਨੂਰੀ ਨਾਤਾ ਲੈਣ ਵੇ ਕੁਆ ਇਹ ਡਾਰੀ ਦਾ ਕਰੂ ਬਾਕੀ ਇਹ ਲੂਰੀ ਨਾ ਤਈ ਲੂਰੀ ਨਾ ਤੇ ਇਹਨੇ ਮੁੱਛਾਂ ਕਿ ਤਾਂ ਮੁੱਛਾਂ ਹੈ ਨਹੀਂ ਤਾਂ ਕੋਈ ਦੱਬਿਆ ਨਹੀਂ ਜ਼ਿਆਦਾ ਬਕਵਾਸ ਨਾ ਕਰ ਨਹੀਂ ਤੇ ਸਾਰਾ ਜਹਾਨ ਤਮਾਸ਼ਾ ਦੇਖ ਸੀ ਕੀ ਮੁਲਤਾਨ ਤਮਾਸ਼ਾ ਦੇਖ ਸੀ ਆ ਪਹਿਲੇ ਸਾ ਕੋ ਤਾਂ ਦਿਖਾ ਕਰੇ ਦੀ ਕੀ ਹੈ ਦੁਨੀਆ ਪਰ ਦੀ ਬਾਂਦਰੀ ਇਹ ਤੂੰ ਦੇ ਇਲਾਕੇ ਦੇ ਮਸ਼ਹੂਰ ਬਦਮਾਸ਼ ਬੱਗੂ ਖਾਂ ਦੀ ਧੀ ਹੈ ਬੱਗੂ ਖਾਂ ਦੀ ਓਏ ਬਕਵਾਸ ਨਾ ਕਰ ਓਏ ਡਰੂਆ ਕਿਹੜੀ ਜਵਾਨ ਵੀ ਔਰਤੇ ਕੋਲ ਡਰਨ ਸਾਇਰ ਤਾਂ ਹੈ ਲਾਲਾ ਤਬੀਅਤ ਕਿਉਂ ਖਰਾਬ ਥੀ ਹੋਣ ਪਏਗੀ ਇਹ ਨਹੀਂ ਨਹੀਂ ਕੁਝ ਨਹੀਂ ਇੱਕੋ ਪੱਖੋ ਕੁਹਾੜੀ ਆ ਦੇਣ ਮੈਂ ਬੰਦੇ ਨੂੰ ਮਾਰਨ ਦੇ ਬਾਅਦ ਪੁੱਛਦੀ ਆ ਜੋ ਤੇਰਾ ਕਸੂਰ ਕੀ ਹੈ ਬੰਦਾ ਪਹਿਲੇ ਹੀ ਪੁੱਛ ਗਿੰਦੇ ਜਲਾਦ ਦੀਦੀ ਟਾਈਮ ਨਾਲ ਮਾਫੀ ਮੰਗ ਤੇ ਜਿੰਦ ਛੁੜਵਾ ਤੇ ਕੋ ਮਾਫ ਕਰ ਦੇ ਪਾਕਿਸਤਾਨ ਦੀ ਜ਼ਮੀਨ ਆ ਟਨ 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 ਮੇ ਕੋ ਪਤਾ ਕਹਿਣਾ ਹੈ ਕਿ ਚਾਚੇ ਬੱਗੂ ਜੀ ਤੂੰ ਵੀ ਹੈ ਹਏ ਸਦਕੇ ਕਿਉਂ ਹੈ ਕਿਹੜੀ ਸੋਹਣੀ ਰਨ ਹੈ ਤੇਰਾ ਕੱਦ ਹਏ ਤੇਰੀ ਅੱਖੀ ਕਿਥੇ ਹਨ ਮੇਰਾ ਮਤਲਬ ਹੈ ਹੁਸਨ ਦਾ ਤਾਜ ਮਹਿਲ ਲੱਗਦੀ ਹੈ ਵੇ ਮਰ ਮੰਨਿਆ ਵੇ ਬਲਕਿ ਠਰ ਵੰਨਿਆ ਤਰ ਵੰਨਿਆ ਤੇ ਨਾ ਤੂੰ ਸਕੂ ਕਿਹੜੀ ਸ਼ੈ ਘੋਲ ਪੀ ਲਈ ਆਈ ਨਹੀਂ ਲਾਂਦੀ ਸਾਡੀ ਬਾਂ ਤੂੰ ਖਾਨ 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 ਕਰੇਂਦੀ ਮਰ ਗਈ ਆ ਤਾਂ ਭਾਵੇਂ ਮਰ ਗਈ ਖਾਨ ਕੋ ਰਾਜੀ ਕਰ ਗਈ ਤੂੰ ਬਹੁਤ ਸ਼ੁਗਲੀ ਆਦਮੀ ਅੱਛਾ ਇਹ ਦੱਸ ਤੂੰ ਰਾਂਦਾ ਕਿੱਥੇ ਓ ਜਨਾਬ ਫਕੀਰ ਤਬੀਅਤ ਦੇ ਮਾਲਕ ਹੂੰ ਜਿੱਥੇ ਰਾਤ ਪੈ ਵੈਂਦੀ ਹੈ ਢਹਿ ਪੰਦੀ ਓਹੋ ਮੇਰਾ ਮਤਲਬ ਹੈ ਤੇਰਾ ਘਰ ਕਿੱਥੇ ਹੈ ਤੁਸੀਂ ਰਹਿਣਾ ਕਿੱਥੇ ਹੈ ਉਹ ਤੇਰੇ ਨਾਲ ਵਸਤੀ ਨਹੀਂ ਉਹ ਲਾੜੇ ਦੀ ਵਸਤੀ ਉੱਥੇ ਹੀ ਰਹਿ ਲਓ ਜ਼ਿੰਦਗੀ ਰਹਿ ਗਈ ਤਾਂ ਵਾਲ ਮਿਲ ਜਾਏ ਦੇਖੋ
ਇਹ ਕਿਹੜੀ ਗੱਲ ਕਰੇ ਦੀ ਜ਼ਿੰਦਗੀ ਰਾਸੇ ਤੇ ਵੱਲ ਮਿਲਸੂ ਭਾਈ ਤੇਰੀ ਜ਼ਿੰਦਗੀ ਬਹੁ ਏ ਅੱਲਾ ਤੇਰੀ ਜ਼ਿੰਦਗੀ ਮੇ ਕੋ ਲਾਵੇ ਮੇਰਾ ਮਤਲਬ ਹੈ ਤੂੰ ਇੱਕ ਦਫ਼ਾ ਮਿਲਣ ਦਾ ਵਾਅਦਾ ਤਾਂ ਕਰ ਜੇ ਮੈਂ ਤੇ ਕੋ ਨਾ ਮਿਲਾ ਤਾਂ ਵੱਲ ਭਾਈ ਅੱਲਾ ਤੁਹਾਡੀ ਜ਼ਿੰਦਗੀ ਰੱਖੇ ਇਹ ਕਿਹੜਾ ਗੱਲ ਹੀ ਕਰੇ ਦੇ ਪਿਓ ਅੱਛਾ ਅੱਛਾ ਤੂੰ ਨਾਰਾਜ਼ ਨਾ ਤੀ ਕੱਲ ਆਪਾਂ ਵਸਤੀ ਵਾਲੇ ਬਾਗ ਠੀਕ ਹੈ ਰੋਜ਼ ਰੱਬ ਸੋਹਣੇ ਕੋਲ ਯਾ ਦੁਆ ਕਰਦੀ ਹਾਂ ਕਿ ਮੇਰੇ ਕੋ ਮੇਰਾ ਬੂਰਲ ਕਹੀਂ ਕੱਲੀ ਜਾਤ ਮਿਲੇ ਤੇ ਅੱਜ ਰੱਬ ਸੋਹਣੇ ਮੇਰੀ ਦੁਆ ਕਬੂਲ ਕਰ ਹੀ ਦੀ ਹੈ ਨਾ ਜਾਨ ਨਾ ਪਹਿਚਾਨ ਮੈਂ ਤੇਰਾ ਮਹਿਮਾਨ ਚੱਲ ਮੇਰੇ ਅੱਗੋਂ ਹਟ ਜਾ ਬੂਰਲ ਮੈਂ ਤੇਰੇ ਨਾਲ ਸੱਚਾ ਪਿਆਰ ਕਰ ਬੈਠੀ ਹਾਂ ਇੱਕ ਵਾਰੀ ਮੇਰੀ ਗੱਲ ਤਾਂ ਸੁਣ ਦੇ ਪਾਗਲ ਨਾ ਬਣ ਤੇ ਪਿਆਰ ਸ਼ਿਆਰ ਫਜ਼ੂਲ ਗੱਲ ਹੈ ਪਰ ਬੂਰਲ ਮੈਂ ਤੇਰੇ ਨਾਲ ਦਿਲੋਂ ਪਿਆਰ ਕਰ ਬੈਠੀ ਹਾਂ ਤੇ ਗੱਲ ਕਰੇ ਦੀ ਰਹਿ ਮੈਂ ਕੋ ਕਿਆ ਬੂਰਲ ਇੱਕ ਵਾਰ ਮੇਰੀ ਗੱਲ ਤਾਂ ਸੁਣ ਦੇ ਬੂਰਲ ਇੱਕ ਵਾਰ ਮੇਰੀ ਗੱਲ ਤਾਂ ਸੁਣ ਦੇ ਬੂਰਲ ਅੱਧੀ ਅੱਧੀ ਰਾਤ
ਸਰਦੀ ਤੋਂ ਜ਼ਿਆਦਾ ਚਾਹੇ ਤਾਂ ਵੱਧ ਗਏ ਸੱਬੇ ਘਰ ਪੱਕਦੀ ਪਿਆ ਮੈਂ ਆਪ ਪੈ ਵਜਾ ਉਹ ਰਮਜ਼ਾਨ ਉਹ ਬਾਬਾ ਚਾਹ ਖਿੰਦੇ ਹੋ ਚਾਹ ਪੱਕਦੀ ਪਈ ਪਾਵੇ ਪੱਕਦੇ ਪਏ ਆਪ ਨਾ ਪੀ ਗਈ ਨੀ ਪਹਿਲੇ ਸਰਦਾਰ ਕੁੜੀਆਂ ਵਾਲੀ ਯਾਰ ਚਾਹ ਪੀ ਯਾਰ ਗੁਰਲ ਉਹ ਤੂੰ ਅੱਜ ਮੇਰੇ ਕੋਲ ਉਦਾਸ ਉਦਾਸ ਲੱਗਦਾ ਵੀ ਖੈਰ ਤਾਂ ਹੈ ਨਾ ਬਸ ਤੂੰ ਕਹਾਂ ਅੰਮਾ ਦੇ ਡੈਡੀ ਯਾਦ ਆਉਂਦੇ ਯਾਰ ਤੂੰ ਸੱਚਾ ਹੈ ਤੂੰ ਤਾਂ ਬਾਬਾ ਖੁਸ਼ਕਿਸਮਤ ਹੈ ਤੇਰੀ ਅੰਮਾ ਤਾਂ ਹੈ ਨਾ ਸਾਡੇ ਕੋਲ ਕੁਛ ਨਾ ਅੰਮਾ ਹੈ ਖੁਸ਼ਬੂ ਖੁਸ਼ਬੂ ਲਾ ਕੇ ਕੱਪੜੇ ਛੱਪੜੇ ਅੰਮਾ ਕੋ ਮਿਲਾਂਦੇ ਸੀ ਨਾ ਸ਼ਾਬਾਸ਼ ਤਿਆਰੀ ਕਰ ਰਮਜ਼ਾਨ ਬਾਬਾ ਗਾੜੀ ਦਾ ਬੰਦੋਬਸਤ ਕਰ ਇੱਕ ਘੰਟੇ ਤੱਕ ਗਾੜੀ ਖੇਲਾ ਪੁੱਤਰ ਪੁਲਿਸ ਪਿੱਛੋਂ ਲੱਗੀ ਵਧੀ ਹੈ ਭੁਰਲ ਦੇ ਮੇਰੇ ਕੋਲ ਹਰ ਵੇਲੇ ਆਉਂਦੀ ਫਿਕਰ ਲੱਗੀ ਰਹਿੰਦੀ ਹੈ ਅੱਲਾ ਕਰੇ ਜਿੱਥੋਂ ਦਾ ਪੇਰ ਹੋਵੇ ਦੁਸ਼ਮਣ ਬਾਹਰ ਨਿਕਲ ਦੀ ਜਾਸਾ ਤੇਕੂ ਬਾਹਰ ਕੱਢੂ ਅਲੋ ਖਾਂ ਲੱਗਦੇ ਸਾਡੇ ਡਰ ਕਨੂੰ ਕਿੱਧਰ ਬੰਦ ਤੇ ਅੰਦਰ ਬਹਿ ਗਏ ਨਿਕਲ ਬਾਹਰ ਮਾਲੂ ਮੇਰੇ ਕੋ ਤਾਂ ਇਵੇਂ ਲੱਗਦੇ ਜਿਵੇਂ ਮੌਤ ਕਨੂੰ ਡਰ ਤੇ ਅੰਦਰ ਲੁਕਿਆ ਬੈਠੇ ਮੈਨੂੰ ਤਾਂ ਇਹਨੇ ਲੱਗਦੇ ਤੁਹਾਡੇ ਅੰਦਰ ਜ਼ਮੀਰ ਮਰ ਗਿਆ ਹੋਣ ਇੱਕ ਭਿਰਾ ਕੋ ਮਰਵਾ ਕੇ ਤੋ ਕੁਛ ਚੈਨ ਕੋ ਨਹੀਂ ਆਇਆ ਇਹ ਤੇ ਤੁਹਾਡੀ ਖੁਸ਼ਬਖਤੀ ਹੈ ਕਿ ਅੱਜ ਭੂਰਲ ਘਰ ਕੇ ਨਹੀਂ ਆਪਣੇ ਭੂਰਲ ਦੀ ਬੁਸਲੀ ਤੂੰ ਬਹਾਦਰੀ ਦਾ ਨਾਂ ਨਾ ਦੇ ਮਈ ਇਵੇਂ ਆਖ ਜੋ ਸਾਡੇ ਖੌਫ ਕਨੂੰ ਘਰ ਛੋੜ ਤੇ ਭੱਜ ਗਏ ਸਾਡੇ ਖੌਫ ਕਨੂੰ ਬਕਵਾਸ ਬੰਦ ਕਰ ਵੇ ਬਹਿਰਤਾ ਵੇਖੂ ਤਾਂ ਇਵੇਂ ਲੱਗਦੇ ਜਿਵੇਂ ਮੌਤ ਤੋਂ ਆਗੂ ਚਾਹ ਤੇ ਮੇਰੇ ਦਰਵਾਜ਼ੇ ਤੇ ਖੇਨ ਆਈ ਏ ਤੂੰ ਕਾਨੀ ਵੱਧ ਵੱਧ ਤੇ ਬੋਲਣ ਵਾਲਾ ਮੇਕੂ ਗੌਰ ਨਾਲ ਢੇ ਗਿਨੋ ਬੇਗੈਰ ਤੋਂ ਮੈਂ ਤੁਹਾਡਾ ਪਿਊ ਹਾਂ ਪਿਊ ਪਿਊ ਬਾਲੂ ਕਾ ਸੁਣੀ ਕਿਆ ਆਖੇ ਆਖੇ ਮੈਂ ਤੁਹਾਡਾ ਪਿਊ ਹਾਂ ਪਿਊ ਇੱਕ ਪਿਊ ਤਾਂ ਸਾਂ ਘਰ ਛੋੜ ਆਏ ਸੇ ਇਹ ਦੂਜਾ ਪਿਓ ਕਿੱਥੋਂ ਜੰਪੇ ਕਿੱਥੋਂ ਜੰਪੇ ਕਿੱਥੋਂ ਜੰਪੇ ਐ ਸਾਡੇ ਪਿਓ ਦੀ ਰੂਹ ਲੱਗਦੀ ਹੈ ਤੈਨੂੰ ਕੋ ਖਤਮ ਕਰਨਾ ਬਹੁਤ ਜ਼ਰੂਰੀ ਹੈ ਮੈਂ ਰੱਬ ਦਾ ਸ਼ੁਕਰ ਅਦਾ ਕਰਦਾ ਕਿ ਰੱਬ ਸੋਹਣਾ ਮੈਨੂੰ ਅੱਜ ਚਾਰ ਸ਼ੈਤਾਨ ਮਾਰਨ ਦਾ ਮੌਕਾ ਦਿੱਤੇ
ਨਾਸਰ ਲੈ ਕੇ ਆ ਸੀ ਕਿ ਨਾਸਰ ਰੋਜ਼ਗਾਰ ਰੋਜ਼ਗਾਰ ਨਾਸਰ ਸਬਰ ਕਰ ਬੁਰਾਨ ਸਬਰ ਕਰ ਅਸਾਂ ਦੁਸ਼ਮਣ ਕੋ ਜ਼ਿਆਦਾ ਦੇਰ ਜ਼ਿੰਦਾ ਰਾਵਣ ਕੋਲਾ ਲੈ ਸੂ ਹਸਪਤਾਲ ਜਾ ਜਦੋ ਯਾਰ ਉੱਠੋ ਟੋਟੋ ਟੋ ਗੁਰਦੇ ਚ ਪਾਣੀ ਏ ਇਹ ਕੋਈ ਸਕੀ ਜਿਹਨੇ ਮੇਰੇ ਬਿਰਾ ਦੇ ਗੁਰਦੇ ਦਾ ਪਾਣੀ ਕਢਾਵੇ ਮੇਰੀ ਮਦਦ ਕਰਵਾ ਚਾਚਾ ਮਰਦਾ ਪਕੜੇ ਸੌ ਦਾ ਨੋਟ ਈ ਚੋਖੇ ਠੀਕ ਨੇ ਥਾਣੇਦਾਰ ਸਾਹਿਬ ਤੁਸਾਂ ਤਾਂ ਕਾਵੜ ਕਰ ਗਏ ਸੁਣਾ ਤੁਸਾਂ ਹੁਕਮ ਕਰੋ ਹਾਂ ਤੇ ਅਸਾਂ ਜਨਾਬ ਦੀ ਖਿਦਮਤ ਵਿੱਚ ਪੇਸ਼ ਥੀ ਵਨੂ ਆ ਤੁਸਾਂ ਕਿਉਂ ਤਕਲੀਫ ਕੀਤੇ ਵੇ ਮੇਰਾ ਨਾਂ ਹੈ ਨਬਲਾ ਅੱਜ ਵਜੇ ਸਮੇਂ ਤੁਹਾਡਾ ਤਬਲਾ ਅਸਾਂ ਜਨਾਬ ਹੋਣੀ ਦੀ ਜ਼ਿਆਰਤ ਕਿਤੇ ਥੋੜੀ ਆਇਓ ਸਾਰੀ ਜੇਲ ਤੁਹਾਡੇ ਦੀਦਾਰ ਕਿਤੇ ਮੁੰਝੀ ਥਈ ਪਈ ਏ ਹਾਂ ਚੁੱਪ ਨਬਲਾ
ਬੱਗੂ ਖਾਨ ਤੇਰੇ ਪੋਤਰੇ ਭੂਰਲ ਦੇ ਭਰਾ ਕੋ ਗੋਲੀਆਂ ਮਾਰੀਆਂ ਤੁਹਾਡੇ ਵਾਸਤੇ ਬਿਹਤਰ ਇਹ ਹੋਏ ਜੋ ਤੁਸਾਂ ਖੁਦ ਬਖੁਦ ਇਹਨਾਂ ਕਾਤਲਾਂ ਕੋ ਮੇਰੇ ਹਵਾਲੇ ਕਰ ਦਿਓ ਥਾਣੇਦਾਰ ਸਾਹਿਬ ਤੁਹਾਡੇ ਕੋਲ ਕੋਈ ਸਬੂਤ ਹੈ ਕੋਈ ਗਵਾਹ ਕੋਈ ਐਫ ਆਈ ਆਰ ਕੋਈ ਰੱਪੜ ਚੱਪੜ ਇਹ ਤਾਂ ਅਸਾਂ ਗ੍ਰਿਫਤਾਰੀ ਦੇ ਮਤਲਬ ਤਿਆਰ ਹੋ ਬਗੈਰ ਕਹੀਂ ਸਬੂਤ ਦੇ ਸਾਕੂ ਕੋਈ ਗ੍ਰਿਫਤਾਰ ਨਹੀਂ ਕਰ ਸਕਦਾ ਜੀ ਵਾਲੇ ਤੇਰੇ ਕੋਲ ਕੋਈ ਸਬੂਤ ਹੋਵੇ ਆਪਣਾ ਸ਼ੌਕ ਪੂਰਾ ਕਰ ਗਨੀ ਥਾਣੇਦਾਰ ਸਾਹਿਬ ਮੇਰਾ ਪੁੱਤਰ ਠੀਕ ਆਦਾ ਪਿਆ ਥਾਣੇਦਾਰ ਸਾਹਿਬ ਉਵੇਂ ਵੀ ਇਹ ਤੁਹਾਡਾ ਆਪਣਾ ਘਰ ਇਹਦੇ ਦਰਵਾਜ਼ੇ ਹਮੇਸ਼ ਤੁਹਾਡੇ ਕਿਤੇ ਖੁੱਲ੍ਹੇ ਜਿੱਦਾਂ ਤੁਹਾਡਾ ਦਿਲ ਕਰੇ ਤੁਸੀਂ ਆ ਸਕਦੇ ਅਸਾਂ ਤੁਹਾਡੀ ਖਿਦਮਤਦਾਰੀ ਕਿਤੇ ਹਾਜ਼ਰ ਤੁਹਾਡੀ ਵੱਡੀ ਵੱਡੀ ਮਿਹਰਬਾਨੀ ਮੈਂ ਆਪ ਸਬੂਤ ਦੀ ਤਲਾਸ਼ ਚ ਹਾਂ ਜੀ ਵੇਲੇ ਮੇਰੇ ਹੱਥ ਕੋਈ ਸਬੂਤ ਲੱਗ ਗਿਆ ਨਾ ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਮੈਂ ਤਾਕੂ ਗ੍ਰਿਫਤਾਰ ਕਰਦੇ ਜ਼ਰੂਰ ਵੇਸਾਂ ਗ੍ਰਿਫਤਾਰੀਆਂ ਤੋਂ ਸਾਕੂ ਨਾ ਡਰਾ ਥਾਣੇਦਾਰ ਸਾਹਿਬ ਜੇਲਾਂ ਵੀ ਤਾਂ ਮਰਦੇ ਕਿਤੇ ਬਣੇ ਨੇ ਫਿਕਰ ਨਾ ਕਰ ਮੈਂ ਇੱਕ ਬੰਦੇ ਕੋ ਪਾਬੰਦ ਕਰ ਦਿੱਤੇ ਉਹਦਾ ਖਿਆਲ ਰੱਖੇ ਸੀ ਚਿੱਟਾ ਚੋਲਾ ਚਿਕਨੇ ਦਾ ਉੱਤੇ ਸਾਰੀਆਂ ਪੱਤੀਆਂ ਨੀ ਚਿੱਟਾ ਚੋਲਾ ਚਿਕਨੇ ਦਾ ਉੱਤੇ ਸਾਰੀਆਂ ਪੱਤੀਆਂ ਨੀ ਗੁੱਸੇ ਗੁੱਸੇ ਕਿਉਂ ਰਾਂਦੇ ਹੈ ਗੁੱਸੇ ਗੁੱਸੇ ਕਿਉਂ ਰਾਂਦੇ ਕਹਿ ਆਦਤਾਂ ਘਤੀਆਂ ਨੀ ਚੋਲਾ ਚਿਕਨੇ ਦਾ ਉੱਤੇ ਸਾਰੀਆਂ ਪੱਤੀਆਂ ਨੀ ਉੱਤੇ ਸਾਰੀਆਂ ਪੱਤੀਆਂ ਨੀ
ਕਰੇ ਕਿ ਨਿੱਖੇ ਨਹੀਂ ਨਤਨ ਤੇ ਕੋ ਗੋਲਣਾ ਪਵੇ ਹਾ ਤੁਸਾਂ ਸਿਰੇ ਮੌਤ ਦਾ ਨਾਂ ਸੁਣਿਆ ਮੌਤ ਡੇਠੀ ਕਹਿਣੀ ਸਾਰਾ ਜਾਨ ਤੁਹਾਡੀ ਮੌਤ ਪੜ ਕੇ ਤੁਹਾਡੇ ਸਿਰ ਤੇ ਆ ਗਿਆ ਤੁਹਾਡੀ ਚਾਕੂ ਤੁਹਾਡਾ ਕਬਰ ਨੂੰ ਤੈਲ ਬਣਾ ਦਿੱਤਾ ਕਿਤਨਾ ਦੁੱਖਾ ਹੁੰਦੇ ਕਿਤਨਾ ਦੁੱਖਾ ਹੁੰਦੇ ਬੱਬੂ ਖਾਨ ਕਿਆ ਮੈਂ ਪੁੱਛ ਸਕਦਾ ਇਹ ਜ਼ਖਮ ਕਹਿ ਸ਼ਾਇਦ ਥਾਣੇਦਾਰ ਸਾਹਿਬ ਮੇਰੇ ਪੁੱਤਰੇ ਨੂੰ ਜ਼ਖਮੀ ਕਰਨ ਵਾਲਾ ਭੂਰਾ ਲੈ ਤੁਸਾਂ ਚਾਰੇ ਪੰਜੇ ਉਹ ਵਿਚਾਰਾ ਕੱਲਾ ਭਲਾ ਵੀ ਤਾਕੂ ਜ਼ਖਮੀ ਕਰ ਗਏ ਓਏ ਤਾਕੂ ਸ਼ਰਮ ਆਣੀ ਚਾਹੀਦੀ ਹੈ ਕਿਉਂ ਇੱਕ ਦੂਜੇ ਦੀ ਜ਼ਿੰਦਗੀਆਂ ਦੇ ਦੁਸ਼ਮਣ ਬਣ ਗਏ ਕਿ ਖੂਨ ਖਰਾਬਾ ਠੀਕ ਕੋਈ ਨਹੀਂ ਤਾਕੂ ਮੈਂ ਪਹਿਲੂ ਵੀ ਸਮਝਾਇਆ ਹਾਂ ਰੱਬਦਾਰ ਸਾਹਿਬ ਜੇਕਰ ਅੱਜ ਤੁਸਾਂ ਨਾ ਆਂਦੇ ਤਾਂ ਹੁੰਦੀ ਲਾਸ਼ ਥਾਪੀ ਹੋਇਆ ਪਹਿਲਾ ਗੁਸੋਣੇ ਤਾਈ ਦੁਨੀਆ ਕੋ ਮੁਹੱਬਤ ਕਿਤੇ ਬਣੀ ਹੈ ਕਿ ਤੁਸਾਂ ਇਹਨੂੰ ਜਹੰਨਮ ਬਣਾ ਛੋੜੇ ਵੇ ਕੋਈ ਨਾ ਤੁਹਾਡੀ ਆਖਰਤ ਚੰਗੀ ਤੇ ਨਾ ਤੁਹਾਡੀ ਦੁਨੀਆ ਮੈਂ ਕੋਈ ਨਾ ਜ਼ਖਮਾਂ ਦਾ ਕੋਈ ਦੁੱਖ ਕਹਿਣੀ ਦੁੱਖ ਤੇਹੀ ਗੱਲ ਦਾ ਕਿ ਭੂਰਲ ਇਥੋਂ ਬਚ ਕੇ ਚਲਾ ਗਏ ਅੱਛਾ ਠੀਕ ਹੈ ਮੈਂ ਪਰਚਾ ਕਟੇਗਾ ਤੁਸਾਂ ਹੁਣ ਫੌਰਨ ਥਾਣੇ ਪੁੱਜੋ ਤੂੰ ਵੰਜ ਤੇ ਥਾਣੇ ਭੂਰਲ ਦੇ ਖਿਲਾਫ ਪਰਚਾ ਕੱਟ ਸਾਹਮਣੇ ਪਿਓ ਚੱਲੀ ਹਵਾਲਦਾਰ ਨੂੰ ਬੁਲਾ ਯੈਸ ਸਰ ਮੇਰੇ ਪਿੱਛੇ ਆ ਯੈਸ ਸਰ ਅੱਲਾ ਦਾ ਸ਼ੁਕਰ ਹੈ ਇਹੀ ਵਸਤੀ ਹੈ ਚਾਹ ਪਾ ਕੋਈ ਨਹੀਂ ਜਾਣਦਾ ਅਲਹਮਦੁਲਿਲਾ ਦਵਾਈ ਤੇ ਲਪਿਓ ਕਿਨ ਸੀ ਅਲਹਮਦੁਲਿਲਾ ਨਾਮ ਮੁਰਾਦ ਦਵਾਈਆਂ ਸ਼ਵਾਂ ਤਿਆਰ ਕਰ ਦੂ ਪਾਣੀ ਭਰਨਾ ਤੇ ਸੱਤ ਰੰਗੀ ਦਵਾ ਬਣਾ ਰੱਖ ਆਪਾਂ ਹੀ ਵਸੇ ਤੇ ਸਿੱਧੇ ਸਾਦੇ ਲੋਕ ਲੁੱਟਣਾ ਹੈ ਸਦਕੇ ਸਦਕੇ ਪੈਸਾ ਇਕੱਠਾ ਕਰੇ ਤੇ ਵਸੇਬ ਦੇ ਸਿੱਧੇ ਸਾਦੇ ਲੋਕਾਂ ਨੂੰ ਲੁੱਟੇ ਸੂ ਦੁਆ ਕਰ ਆਪਣਾ ਹੁਣ ਧੰਦਾ ਚੱਲ ਵਜੇ ਨੀਅਤ ਨੇਕ ਤੇ ਪਿੰਡਾ ਦੇਖ ਮਾਂ ਪਿੰਨੇ ਤੇ ਪਹਿਲੀ ਦਫਾ ਮੈਂ ਉੱਤੇ ਲਿਫਟ ਕਰਵਾਈ ਹੈ ਤੇ ਦੱਸਾਂ ਕੋ ਤਾਂ ਖੋਤਿਆ ਟੁੱਟਿਆ ਨਹੀਂ ਪਾਈ ਤੇ ਹੂੰ ਪਿਓ ਦਾ ਵਾਸਤੇ ਜੀ ਨਾ ਅੱਜ ਤੱਕ ਪਤਾ ਨਹੀਂ ਲੱਗਾ ਤੇ ਕੋ ਤੇਰੀ ਇਮਾਨਦਾਰੀ ਦੇ ਵਾਸਤੇ ਕਿਹੜੇ ਮੈਂ ਕਿਆ ਆਖਰੀ ਤੇ ਕੋ ਆਪਣੀ ਇਮਾਨਦਾਰੀ ਦੇ ਵਾਸਤੇ ਤੇ ਅੱਛਾ ਚੱਲ ਵੇ ਚੱਲ ਬਣ ਇਮਾਨਦਾਰੀ ਦਾ ਵਾਸਤਾ ਹੀ ਤੇ ਕੋ ਤੇਰੇ ਹੂੰ ਪਿਓ ਦਾ ਵਾਸਤਾ ਜੀ ਨਾ ਅੱਜ ਤੱਕ ਕੇਸ ਚੱਲਦਾ ਮਾਫ ਕਰ ਮਾਫ ਕਰ ਮੇਰੇ ਪੁੱਤਰ ਚਲੋ ਠੀਕ ਹੈ ਮਾਫ ਕੀ ਤੁਹਾਨੂੰ ਤੇ ਕੋਈ ਇਮਾਨਦਾਰੀ ਦਾ ਵਾਸਤਾ ਲੈਣਾ ਬੈਠੀ ਚਲੋ ਮਾਫ ਕਰਨਾ ਮੈਂ ਐਂ ਦਾ ਮੇਰੇ ਨਾਲ ਵੀ ਬੇਇੱਜ਼ਤੀ ਦੀ ਗੱਲ ਨਾ ਕਰੀ ਮੇਰੀ ਮੈਂ ਕੱਲੇ ਨੇ ਥੋੜੀ ਤੇ ਵੇਸੀ ਬੈਠ ਲਾ ਬੈਠਾ ਨਾ ਵੀ ਬੱਕਰੀਆਂ ਦੀ ਕਰਵਾ ਦੇ ਬੋਟ ਬੰਦੇ ਦਾ ਪੁੱਤਰ ਬਾਹਰ ਤੇ ਦੁਕਾਨਦਾਰੀ ਕਰੋ ਮਨ ਕੋਈ ਮਰੀਜ਼ ਦੇ ਦੇਦਾ ਮੈਂ ਕੀ ਨਹੀਂ ਕਰਦੀ ਵੱਡਾ ਪਰੇਸ਼ਾਨ ਹੈ ਵੱਡਾ ਪਰੇਸ਼ਾਨ ਹੈ
ਜਲਦੀ ਆਉਂਦੀ ਹੈ ਭਾਵੇਂ ਤੂੰ ਬੇਵਕੂਫ ਬਣਾ ਗਿਆ ਹੈ ਪਤਾ ਨਹੀਂ ਤੂੰ ਵੀ ਹਰ ਕੀਤੇ ਤੂੰ ਜਲਦੀ ਇਤਬਾਰ ਕਰ ਤੂੰ ਮੈਂ ਤੇਰੀ ਕਮੇਟੀ ਖਾ ਲਈ 24 ਘੰਟੇ ਬੱਕੀ ਰਾਂਦੀ ਇਤਨਾ ਨਾ ਬੱਕਿਆ ਕਰ ਧੂਆਂ ਨਿਕਲ ਆਉਸੀ ਉਹ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦਿਆ ਹਰ ਬੰਦਾ ਵੀ ਬੇਵਫਾ ਨਹੀਂ ਹੁੰਦਾ ਗਲਤੀ ਦੀ ਮਾਫੀ ਚਾਹੁੰਦੀ ਹਾਂ ਜੇ ਮੈਂ ਤੇਰੇ ਬਾਰੇ ਗਲਤ ਅੰਦਾਜ਼ਾ ਲਾ ਪਈ ਬਸ ਮੈਂ ਨਹੀਂ ਤੁਮ ਸੇ ਬੋਲਤਾ ਮੈਂ ਰੂਠਾ ਹੋਇਆ اپنی لیلی یاد آئی میرا دل کر لے میں تو دیکھتا رہا ہوں اچھا اچھا زیادہ دیکھنا لکھی خراب تھی ویسی میں سرما پا گئی انسان اچھا میرے کو ایک گال دا بہت ڈر لگ دے تے کیا دا ڈر لگ دا پے میری دھوتی لائے ویندی تیرے بھراواں دی گال کرنا جڑے ہٹے کٹے انہاں دیکھ گئی تا نا پاکو تے زندہ دفن کر دے سن جب میں ایک عورت تھی تے نہیں ڈر دی تو کیا واسطے ڈر دے میں کتے ڈر دا میں ڈر دا چنکو میرا بھرا آ گیا کیا اچھا میری بہن میں ول ویندا کیا نہیں میرا مطلب ہے میں ویندا اچھا تو ڈر گئی ہو کیا نہیں اندا پیا
ਮੈਂ ਤਾਂ ਮਜ਼ਾਕ ਕਰਨ ਲੱਗ ਪਿਆ। ਮੈਂ ਤਾਂ ਵੱਡੇ ਵੱਡੇ ਪਹਿਲਵਾਨੇ ਕੋ ਨਹੀਂ ਡਰਿਆ। ਨਹੀਂ ਨਹੀਂ ਤੂੰ ਡਰ ਗਿਆ। ਮੈਂ ਕਈ ਕੋ ਡਰਦਾ, ਸਿਰਫ ਘਰ ਦੀ ਖੋਤੀ ਕੋ ਡਰਦਾ, ਲੱਤਾਂ ਮਰਨਗੀ। ਸਚਿਨ ਕੋਲ ਮੈਂ ਕੋ ਇਜਾਜ਼ਤ ਦੇ, ਮੈਂ ਬੰਨਿਆ ਹਾਂ। ਬੜੀ ਜਲਦੀ ਹੁੰਦੀ ਹੈ ਇੱਥੇ ਕੋ। ਬਖੋ ਵਲ ਕਦਾ ਮਿਲਸੂ ਦੇਗਾ ਤੂੰ ਕੋ ਕਿਸੇ। ਬਸ ਵਲ ਹੁਣੇ ਮਿਲੂ, ਹੁਣ ਮੈਂ ਮਿਲਣਾ। ਠੀਕ ਹੈ ਠੀਕ ਹੈ, ਕੱਲ ਜ਼ਰੂਰ ਮਿਲੇ। ਹਾਂ ਖਿਆਲ ਕਰੀ, ਉਹ ਮਲਕੇ ਦੇ ਕੁੱਤੇ ਨਾਲ ਬਾਅਦ ਚ ਵੰਜੀ।
ਬਾਅਦ ਤੂੰ ਮੇਰੇ ਹੱਥ ਸਹੀ ਜਵਾਬ ਕਲਾ ਗੋਲੀ ਤੇ ਤੇਰੇ ਹਿੰਮਤ ਹੈਗਾ ਵਾਂਝਾ ਭੁਰਲ ਅਸਾਂ ਤੈਨੂੰ ਮਾਫ਼ ਕੀਤਾ ਤੂੰ ਵੀ ਕਿਆ ਯਾਦ ਕਰੇ ਸੀ ड्राइवर गाड़ी रोक ड्राइवर बालू खां हां दा मेरे को लगदे जो ये भूरल दी भेन है हां दा लगदी दा हुआ है वल क्या प्रोग्राम है न इवे हुकम करो दा मैं दादा चाहा किनु इको ਕਰੋ
लगते दिला भारी है तो सब कुछ वाड़े हो Ha ha!
ਤੁਸਾਂ ਮੇਰੀ ਭੈਣ ਕੋ ਅਕਲਾ ਗਏ, ਆਪਣੀ ਮਾਂ ਕੋ ਮਾਰ ਕੇ। ਅੱਜ ਮੈਂ ਤੁਹਾਨੂੰ ਜੀਦਾ ਕਾਲਾ ਛੁੜਦਾ। ਲਾਲਾ ਮੈਂ ਤਾਂ ਕੱਲਾ ਛੋੜ ਦੇ ਕੇ ਆਉਣਾ। ਲਾਲਾ ਲਾਲਾ ਤੂੰ ਮੇਰੀ ਫਿਕਰ ਨਾ ਕਰ। ਲਾਲਾ ਤੂੰ ਚਲਾ ਮਨ ਚਲਾ ਮਨ ਲਾਲਾ ਤੂੰ ਚਲਾ ਮਨ। ਤੂੰ ਆਪਣਾ ਖਿਆਲ ਰੱਖੀ, ਅੰਮਾ ਕੋ ਮੇਰਾ ਸਲਾਮ ਦੇ। ਨਾ ਭੁਰਲਾ ਨਾ, ਇੱਥਾਂ ਚ ਪੁਲਿਸ ਆਵਣੇ, ਤੂੰ ਮਾਲੂ ਖਾਂ ਤੂੰ ਬਚ ਕੇ ਨਹੀਂ ਬਚ ਸਕਦਾ, ਨਹੀਂ ਬਚ ਸਕਦਾ। ਦੇਖੂ ਮੈਂ ਆਖਿਆ ਹਾਂ ਨਾ, ਜੀ ਵੇਲੇ ਮੇਰੇ ਹੱਥ ਕੋਈ ਸਬੂਤ ਲੱਗ ਗਿਆ, ਮੈਂ ਤਾਕੂ ਕਹਿਣਾ ਛੁੜੇ ਸਾਂ। ਬਸ਼ੀਰ! ਯੈਸ ਸਰ। ਲਾਸ਼ ਨੂੰ ਪੋਸਟਮਾਰਟਮ ਵਾਸਤੇ ਹਸਪਤਾਲ ਘੇਨ ਵਜੋ। ਯੈਸ ਸਰ। ਚਲੋ ਆਇਆ ਕੇ ਰੱਖ। ਅੱਲਾ ਦੇ ਨਾਂ ਦੇ ਬਾਬਾ, ਇੱਕ ਰੋਟੀ ਦਾ ਸਵਾਲ ਹੈ। ਅੱਲਾ ਤੇ ਬਹੁ ਦੇਵੇ ਪੁੱਤ, ਅੱਲਾ ਜਿਹੜਾ ਅੱਬਾ ਜਿਹੜੀ ਵਿਆਹ ਮਾਂ ਘੇਨ ਆਵੇ। ਅੱਲਾ ਦੇ ਨਾਂ ਤੇ ਇੱਕ ਰੋਟੀ ਦਾ ਸਵਾਲ ਹੈ ਬਾਬਾ। ਅੱਲਾ ਦੇ ਨਾਂ ਦੇ ਸਵਾਲ ਹੈ ਬਾਬਾ। ਇਹ ਕੋਈ ਸਕੀ ਜਿਹੜਾ ਗਰੀਬ ਦੀ ਮਦਦ ਕਰੇ। ਅੱਲਾ ਘਣਾ ਲੈ ਵੀ ਬੱਚਾ, ਤੂੰ ਪੈਸੇ ਦੇ ਦੇ ਕਿ ਆਪ ਉੱਥੇ ਪਕੌੜਿਆਂ ਦੇ ਤੇਰਾ ਮੂੰਹ ਹੈ ਬਾਬਾ। ਸਾਰੇ ਪਕੌੜੇ ਬਣ ਦੇਖਦੇ ਘਣੇ ਵਾਂਗ, ਵੀ ਤੇ ਕੋਈ ਪਰੇਸ਼ਾਨੀ ਹੈ। ਇੱਕ ਰੁਪਏ ਦਾ ਸਵਾਲ ਹੈ ਬਾਬਾ। ਅੱਲਾ ਘਣਾ ਲੈ ਵੀ ਬੱਚਾ, ਫਕੀਰ ਕਈ ਦੀਆਂ ਦਾ ਭੁੱਖ ਹੈ ਬਾਬਾ। ਇਹ ਕੋਈ ਸਖੀ ਸੁਬਹਾਨ ਅੱਲਾ, ਇਤਨਾ ਖੂਬਸੂਰਤ ਹੁਸਨ, ਲੱਗਦਾ ਅੱਲਾ ਨੇ ਤੇ ਫੁਰਸਤ ਵਿੱਚ ਬਣਾਏ। ਬਾਬਾ ਸਭ ਜਾਣਦੇ ਲੜਕੀ, ਤੂੰ ਇੱਕ ਚਿੜਕੂ ਨਾਮੀ ਬੰਦੇ ਨਾਲ ਪਿਆਰ ਕਰੇ ਨੀ, ਔਰ ਆਪਣੀ ਜ਼ਿੰਦਗੀ ਤੋਂ ਜ਼ਿਆਦਾ ਹੁਣ ਪਿਆਰ ਕੀਤਾ। ਉਹ ਬਾਬਾ ਤੁਸੀਂ ਤਾਂ ਸਭ ਕੁਝ ਜਾਣਦੇ ਪਏ, ਮੈਂ ਵਾਕਈ ਚਿੜਕੂ ਨਾਮੀ ਬੰਦੇ ਨਾਲ ਬਹੁਤ ਪਿਆਰ ਕਰਨੀ ਆ। ਸੋ ਦੁਆ ਕਰੋ ਸਾਡੀ ਜਲਦੀ ਸ਼ਾਦੀ ਥੀ ਹੋਈ। ਉਹ ਮੈਂ ਚਿੜਕੂ ਆ ਤੂੰ, ਤੇ ਮੈਂ ਤੇ ਕੋ ਸਵੇਰ ਦਾ ਗੁਲੇ ਦਾ ਵਦਾ। ਕੱਲ ਸ਼ਾਮ ਕੋ 5 ਵਜੇ ਉਹ ਮਲਕਿਆਂ ਵਾਲੇ ਬਾਗ ਵਿੱਚ ਆਉਣਾ, ਮੈਂ ਤੇਰਾ ਇੰਤਜ਼ਾਰ ਕਰੇ ਸਾਂ। ਸਰਦਾਰ ਸਾਹਿਬ, ਸਰਦਾਰ ਸਾਹਿਬ, ਪੁਲਿਸ ਦੇ ਬੰਦੇ ਨੇ ਇਤਲਾਹ ਦਿੱਤੀ ਹੈ, ਬੱਗੂ ਖਾਨ ਦੇ ਪੁੱਤਰ ਅੱਤੀ ਭਗਤਾ ਵਰਗੂ ਕਤਲ ਕਰ ਦਿੱਤੇ। ਬੱਗੂ ਖਾਨ ਕਤਲ ਨੇ ਤੂੰ ਤੂੰ ਜਾਨ ਦੇ ਰੱਬ ਦੀ, ਮੈਂ ਤੇਰੀ ਸਾਰੀ ਨਸਲ ਮੁਕਾੜਦਾ। ਹਰ ਕਦਮ ਤੋਂ ਤੇਰੇ ਨਾਲ ਏ, ਹਾਲੇ ਤੂੰ ਸਬਰ ਕਰ, ਔਰ ਤੂੰ ਇਹ ਪੁਲਿਸ ਦੀ ਤਹਿਵੀਰ ਤੇ ਬੱਕੂ ਖਾਨ ਤੇ ਹੱਥ ਲੰਬੇ ਨੀ, ਉਹ ਨਾ ਕੋ ਛੁੜਵਾ ਗਿੰਸੇ ਤੇ ਹੁਣ ਤੋਂ ਬਾਅਦ ਬੱਕੂ ਖਾਨ
ਤੂੰ ਤੇ ਪੁੱਤਰਾਂ ਕੋ ਮੈਂ ਜਹਨਮ ਵਿੱਚ ਪੁਜਾੜਦਾ। ਹਾਂ ਹੁਣ ਥੋੜਾ ਸਬਰ ਕਰ, ਆਪਾਂ ਜਲ ਬੜਾ ਦਾ ਕੰਮ ਤਮਾਮ ਕਰ ਦਿੱਤੂ। ਸਾਰਾ ਇੰਤਜ਼ਾਰ ਕਰਨਾ ਪਏ, ਚੱਲ ਨਾਰਾਜ਼ ਨਾ ਥੀ। ਦੇਖ ਮੈਂ ਤੇਰਾ ਸਦੇ ਸੀ ਗਿੱਦੀ ਚੂਰੀ ਬਣਾ ਤੇ ਕਿੰਨੀ ਮਸਕੇ ਨਾ ਲਾ, ਇਹਦੇ ਤੇ ਮੂੰਹ ਕਰ। ਇੱਕ ਘੰਟੇ ਤੋਂ ਤੇਰਾ ਇੰਤਜ਼ਾਰ ਕਰੇ ਨਾ ਪਿਆ, ਇੰਤਜ਼ਾਰ ਕਰ ਕਰ ਮੈਨੂੰ ਭੁੱਖ ਲੱਗ ਗਈ ਹੈ। ਓਹੋ ਇੱਕ ਤੂੰ ਮਜ਼ਾਕ ਕਰਨ ਤੂੰ ਨਹੀਂ ਰਹਿੰਦਾ, ਅੱਜ ਮੈਂ ਆਪਣੇ ਰਾਂਝਣੇ ਕੋ ਆਪਣੇ ਹੱਥ ਨਾਲ ਚੁਰੀ ਹੋਏ ਸਾਂ। ਅੱਛਾ ਜੀ, ਬੜੀ ਮਜ਼ੇਦਾਰ ਹੈ ਆ ਬਣੀ। ਇਹ ਨਾ ਚੋਰੀ ਕਰਨ ਲੱਗੇ ਤੇ ਵਿਰਾਸ ਸੜ ਗਈ ਨੇ ਤੇ ਮੇਰੀ ਚੋਰੀ ਕੱਢ ਰੱਖੇ ਨਾ। ਇੱਕ ਮੇਰੇ ਪਿਆਰ ਤੇ ਯਕੀਨ ਕਰਨੀ, ਔਰਤ ਜ਼ਾਤ ਤੇ ਇਤਬਾਰ ਹੈ ਹੀ ਕੋਨਾ। ਓਹੋ ਤੂੰ ਪਰੇਸ਼ਾਨ ਨਾ ਥੀ, ਤੂੰ ਬਸ ਚੋਰੀ ਖਾ। ਦੇਖੋ ਮੇ ਕੋ ਤੈਂ ਤੇ ਇਤਬਾਰ ਹੈ ਪਰ ਉਹ ਤੇਰੇ ਵਿਰਾਵਾਂ ਤੇ ਇਤਬਾਰ ਕਹਿਣੀ। ਇੱਕ ਜਿਹੜਾ ਪਿਊ ਇਹ ਬਲਾ ਮੋਛੇਸ, ਇਹਦੇ ਦੇ ਹੱਥ ਤੇਰੇ ਮੇਰੇ ਦੇ ਪੇਰੇ ਤੇ। ਵਾਹ ਪੱਖੋ ਵਾਹ, ਚੂਰੀ ਬੜੀ ਸਵਾਦੀ ਹੈ, ਦਿਲ ਕਰਨ ਦੇ ਸਾਰੀ ਖਾ ਵਜਾ। ਮੈਂ ਵੱਡਾ ਚੂੜਾ ਖਮਦਾ ਪਈ, ਚੋਨੇ ਕੋ ਪੈ ਗਿਆ ਮੋਰ। ਵੇ ਹੁਣ ਪਤਾ ਲੱਗ ਸੇ ਤੇ ਕੋ, ਮੈਂ ਤਾਂ ਤੇ ਕੋ ਚਿਣਕਵਾ ਕਾਫੀ ਦੇਰ ਚ ਬੁਲੇਂਦਾ ਉਦਾ। ਹਾਂ ਅੱਜ ਆਈ ਨਾ ਮੇਰੇ ਹੱਥੇ ਚੂਰੀ ਚੂਰੀ ਖਾਓ। ਮੇਰਾ ਨਾਂ ਹੈ ਨਬਲਾ, ਅੱਜ ਵਜੇ ਸਾ ਤੇਰਾ ਮੈਂ ਤਬਲਾ। ਚੌਕੂ ਤੁਹਾਡੀ ਹੂੰ ਜ਼ਾਲ ਦਾ ਵਾਸਤਾ ਹੈ ਵਾਲਦਾਰ ਸਾਹਿਬ, ਜਿਹੜੀ ਛੋਦੀ ਤਰੇ ਦਫਾ ਬਚ ਗਈ ਹੈ, ਮੈਨੂੰ ਕੋ ਮਾਫ ਕਰ ਜੋ, ਐਂਦਾ ਹੇਰਾ ਫੇਰੀ ਖਤਮ। ਵੇ ਤੇਰਾ ਬੇੜਾ ਗਰਕ ਥੀ ਵੇ, ਮੈਨੂੰ ਕਿਹੜੀ ਕਸਮ ਦੇ ਦਿੱਤੀ। ਮੈਂ ਤੇ ਕੋ ਇੱਕ ਸ਼ਰਤ ਛੁੱਟ ਦੇ ਸਾਂ, ਇਹ ਜਿਹੜੀ ਚੂੜੀ ਹੈ ਨਾ, ਇਹ ਚੂੜੀ ਮੈਨੂੰ ਕੋ ਖਵਾਵੇ ਤਾਂ। ਕੋਈ ਗੱਲ ਨਹੀਂ ਅੱਦਾ, ਇਹ ਚੂੜੀ ਤੂੰ ਖਾ ਗਏ। ਖਬਰਦਾਰ, ਤੇ ਮੈਂ ਕੋ ਤੈਂ ਅੱਦਾ ਆਖਿਆ ਤਾਂ, ਮੈਂ ਕਹੀਂ ਦਾ ਅੱਦਾ ਕਹਿਣ ਮੀ। ਹਾਂ ਚੂੜੀ ਕਾਨੂੰਨ ਹੈ ਨਾ, ਕਾਨੂੰਨ ਚੂਰੀ ਗਿਣ ਗਈ ਨਾ, ਹੁਣ ਦਫਾ ਥੀ ਤੂੰ। ਕੋਈ ਗੱਲ ਕਹਿ ਵੇ, ਬਸ ਤੁਸੀਂ ਖੁਦ ਸੇ ਪਿਆਰ ਕਰੋ, ਕਿਉਂਕਿ ਮੈਂ ਤਾਂ ਪੁਲਿਸ ਦੀ ਨੌਕਰੀ ਛੋੜ ਦਿੱਤੀ ਆ। ਚੱਲ ਦਫਾ ਥੀ। ਵੇ ਬੱਚੇ ਕੋ ਮੇਰੇ ਕੋਲ ਤਾਂ ਚੂਰੀ ਖਾਸ ਕੀਤੀ ਹੈ ਨਾ, ਪਰ ਹਾਲ ਹੀ ਮੈਂ ਰਿਟਾਇਰ ਹਵਾਲਦਾਰ ਹਾਂ, ਮੈਂ ਤੇ ਕੋ ਅੰਦਰ ਕਰਵਾ ਸਕਦਾ ਅੰਦਰ। ਜਨਾਬ ਹਵਾਲਦਾਰ ਸਾਹਿਬ, ਹੁਣ ਤੂੰ ਇੱਜ਼ਤ ਨਾਲ ਚਲੇ ਵੰਨੋ, ਨਹੀਂ ਤੇ ਬੱਖੋ ਕੋ ਰਵਾਨਾ ਕਰਨ ਦੇ ਬਹੁਤ ਤਰੀਕੇ ਹਨ। ਅੱਛਾ ਸੋਣਾ, ਪਰ ਐਸਾ ਕੋਈ ਇਜਾਜ਼ਤ ਨਹੀਂ ਹੋ, ਵੰਨੋ ਖੋਲ ਤੇ ਪਿਆਰ ਕਰੋ। ਮਲਾ ਮਿਸੂ 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 ਓਏ ਓਏ, ਬੰਦਾ ਮੁਰਾਦਾ ਕਟੋਰਾ ਦੇ ਦਿੱਤੀ ਵਾਂ ਓਏ, ਇਹ ਉੱਠਵੇਂ ਸੇ ਨਾ ਮੁਰਾਦ ਦਾ ਪੁੱਤਰ, ਇਵੇਂ ਰੰਗ ਚ ਭੰਗ ਪਾਵਣ ਆਏ ਅੰਧੀ ਦਾ। ਬੱਖੋ ਮਾਜ ਵੰਦ ਪੈ ਖਾਨਪੁਰ ਤੇ ਤੇਰੇ ਵਾਸਤੇ ਖੋਇਆ ਗਿਣਤੇ ਉਸਾ, ਖਾਨਪੁਰ ਦਾ ਖੋਇਆ ਬੜਾ ਮਸ਼ਹੂਰ ਹੈ। ਠੀਕ ਹੈ, ਤੂੰ ਮੇਰੇ ਵਾਸਤੇ ਖੋਇਆ ਲਾਜ਼ਮੀ ਘਿਨਾਵੇਂ। ਠੀਕ ਹੈ, ਤੇ ਮੈਂ ਕੱਲ ਰਾਤ ਨੂੰ ਤੇਰੇ ਘਰ ਚ ਇੰਤਜ਼ਾਰ ਕਰੇ ਸਾਂ। ਤੂੰ ਬੱਕੋ ਮੈਨੂੰ ਕੀ ਪਤਾ ਲੱਗੀ ਤੂੰ ਕਿੱਥੇ ਹੈ, ਤੇ ਮੈਂ ਕਾਲੀ ਚਾਦਰ ਪਾਤੇ ਸੁਣ ਸਾਂ, ਇਹ ਮੇਰੀ ਨਿਸ਼ਾਨੀ ਹੈ। ਵਾਹ ਠੀਕ ਹੈ, ਮੈਂ ਕੱਲ ਖੋਇਆ ਲਾਜ਼ਮੀ ਘਿਨਾਵੇਂ, ਮੈਂ ਘਿਨਾ ਸਾਂ ਔਰ ਕੱਲ ਆਸਾਂ ਵੀ ਜ਼ਰੂਰ। ਅੱਛਾ ਹੁਣ ਮੈਨੂੰ ਇਜਾਜ਼ਤ, ਖੁਦਾ ਹਾਫਿਜ਼। ਜੁਦਾ ਹਾਲ ਅੱਲਾ ਖੈਰ ਕਰੇ, ਅਜੇ ਤਾਈ ਜੱਗੂ ਨਹੀਂ ਆਇਆ। ਖੈਰ ਤਾਂ ਹੈ ਬਾਬਾ ਸਾਈਂ, ਬੜੇ ਖੁਸ਼ ਲੱਗਦੇ ਪਏ।
ਲੱਗਦਾ ਹੈ ਕਹੀਂ ਦਾ ਇੰਤਜ਼ਾਰ ਕਰਨੇ ਪਿਓ। ਹਾਂ, ਅੱਜ ਮੇਰਾ ਯਾਰ ਜੱਗੂ 15 ਸਾਲਾਂ ਦੀ ਸਜ਼ਾ ਕੱਟ ਤੇ ਆਉਂਦਾ ਪਿਆ ਤੇ ਮੈਂ ਉਹਦਾ ਇੰਤਜ਼ਾਰ ਕਰਨਾ ਪਿਆ। ਖੈਰ ਬਾਬਾ ਸਾਈਂ, ਜੱਗੂ ਦਾ ਇਤਨਾ ਇੰਤਜ਼ਾਰ ਕਿਉਂ? ਓਏ ਜੱਗੂ, ਜਿਹੜਾ ਉਹ ਯਾਰ ਹੈ ਜਿਹੜਾ ਮੇਰੇ ਕੀਤੇ ਛਾਂ ਹੈ ਤੇ ਆਪਣੀ ਦੁਸ਼ਮਣੀ ਵੀ ਹੈ ਤੇ ਦੁਸ਼ਮਣਦਾਰ ਬੰਦਿਆਂ ਕੋਲ ਇਹੋ ਜਿਹੇ ਬੰਦਿਆਂ ਦੀ ਲੋੜ ਹੁੰਦੀ ਹੈ। ਅੱਜ ਮੈਂ ਡਾਢਾ ਖੁਸ਼ ਹਾਂ। ਇੱਕ ਤੇ ਮੇਰਾ ਯਾਰ ਹੈ, ਦੂਜਾ ਅੱਜ ਮੈਂ ਆਪਣੇ ਪੁੱਤਰੇ ਕੋ ਥਾਣੇ ਛੁਆ ਤੇ ਆਇਆ। ਬੱਗੂ ਖਾਂ, ਇੱਕ ਤੀਰ ਨਾਲ ਦੂ ਸ਼ਿਕਾਰ ਕਰਨ ਦਾ ਤੂੰ ਪੁਰਾਣਾ ਆਦਮੀ ਬਾਬਾ। ਓਏ ਛਗੂਆ, ਓਏ ਉਹ ਸ਼ਿਕਾਰੀ ਕਿਆ ਜਿਹੜਾ ਇੱਕ ਤੀਰ ਨਾਲ ਦੂ ਸ਼ਿਕਾਰ ਨਾ ਕਰੇ। ਅੰਮਾ, ਕਈ ਤਰੀਕੇ ਨਾਲ ਬਾਬੇ ਸਿੰਘ ਰੋਕੋ ਜੋ ਬੂਰਲ ਨਾਲ ਦੁਸ਼ਮਣੀ ਖਤਮ ਕਰ ਦੇਵੇ, ਨਹੀਂ ਤਾਂ ਇਹ ਦੁਸ਼ਮਣੀ ਚ ਕੁਝ ਨਹੀਂ ਬਚਣਾ। ਮੈਂ ਤਾਂ ਤੇਰੇ ਪਿਓ ਨੂੰ ਹਰ ਵੇਲੇ ਸਮਝਦੀ ਹਾਂ, ਇਹ ਦੁਸ਼ਮਣੀ ਖਤਮ ਕਰ ਦਿਓ। ਪਤਾ ਨਹੀਂ ਉਹਦੀ ਅਕਲ ਕੰਮ ਨਹੀਂ ਕਰਨ ਦੀ ਯਾਰ, ਪਰ ਉਹਦੇ ਸਿਰ ਤੇ ਤਾਂ ਸਿਰਫ ਦੁਸ਼ਮਣੀ ਦਾ ਬਹੁਤ ਸਵਾਰ ਹੈ। ਮੇਰੇ ਅੱਲਾ ਸੋਹਣਾ, ਮੇਰੇ ਘਰ ਵਾਲੇ ਕੋ ਤੇ ਮੇਰੀ ਔਲਾਦ ਕੋ ਹਿਦਾਇਤ ਦੇ ਜਾ, ਹਿਦਾਇਤ ਦੇ ਜਾ। ਅੰਮਾ, ਇਹਨਾਂ ਕੋ ਰੋਕਣ ਦਾ ਕੋਈ ਤਰੀਕਾ ਕਿਆ ਨਹੀਂ? ਮੇਰੀ ਧੀ, ਮੇਰੇ ਤਾਂ ਸਮਝ ਨਹੀਂ ਆਉਂਦੀ ਮੈਂ ਕਿਆ ਕਰਾਂ ਤੇ ਕਿਆ ਨਾ ਕਰਾਂ। ਇੱਕ ਤਰੀਕਾ ਹੈ ਜੋ ਆਪਾਂ ਪੁਲਿਸ ਕੋ ਇਤਲਾਹ ਕਰ ਦਿਓ। ਓਹੋ, ਪਰ ਇੱਥੋਂ ਦੇ ਥਾਣੇਦਾਰ ਜਮਾਲ ਨੇ ਤਾਂ ਨੌਕਰੀ ਛੋੜ ਦਿੱਤੀ ਹੈ। ਉਹ ਕਿਉਂ ਨੌਕਰੀ ਛੋੜ ਦਿੱਤੀ ਹੈ? ਮੈਨੂੰ ਤਾਂ ਇਹਦੀ ਖਬਰ ਕਹਿਣੀ ਜੋ ਹੁਣ ਨੌਕਰੀ ਕਿਉਂ ਛੋੜ ਦਿੱਤੀ ਹੈ। ਖੈਰ ਅਮਾ, ਤੂੰ ਸੁਣ ਤੇ ਮੈਂ ਅੱਜ ਰਾਤ ਸਹਿ ਨਹੀਂ ਸੁਣ ਸਾਂ। ਕਿਉਂ, ਖੈਰ ਤਾਂ ਹੈ, ਬਸ ਅੰਦਰ ਮੇਰੇ ਕੋ ਗਰਮੀ ਲੱਗਦੀ ਹੈ। ਅੱਛਾ, ਜਿਵੇਂ ਤੇਰੀ ਮਰਜ਼ੀ। ਬੱਕੋ, ਬੱਕੋ, ਓ ਬੱਕੋ, ਉੱਤੇ ਉੱਤੇ ਵੰਜ ਤਾਂ ਸਮ
ਬੱਕੂ ਮੂੰਹ ਤੇਰੇ ਸਟਵਾਈ ਕਿਆ ਬੱਕੂ 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 ਤੇਰਾ ਮੁੱਛਾ ਇਹ ਮੇਰਾ ਹੱਥ ਕਿਹੜੀ ਜਾਦ ਬਣ ਪਏ ਬੱਕੂ ਉੱਠੀ ਬੱਕੂ ਖੋਇਆ ਖਾ ਚਰਸ ਪੀਤੀ ਬੱਕੂ ਹਾਂ ਇਹ ਤੇਰੀ ਕਟਿੰਗ ਕਹਿੰਦੀ ਕੀਤੀ ਹੈ ਨਾ ਮੁਰਾ ਸੇਵਾ ਕਰਵਾਈ ਮੇਰੀ ਬੱਖੋ ਤੂੰ ਕਿਆ ਥੀ ਗੇ ਬੱਖੋ ਮੈਨੂੰ ਕੁਰਾਨ ਦੀ ਕਸਮ ਮੈਨੂੰ ਨਿੰਦੇ ਟੁਰਨ ਦੀ ਆਦਤ ਸੀ ਕਿਆ ਹੈ ਤੇਕੂ ਨਿੰਦੇ ਟੁਰਨ ਦੀ ਆਦਤ ਤੇ ਮੈਨੂੰ ਗੋਲੀ ਚਲਾਉਣ ਦੀ ਆਦਤ ਹੈ ਬੜੀ ਗੰਦੀ ਆਦਤ ਹੈ ਤੇਰੀ ਖੋਇਆ ਖੋਇਆ ਇਹ ਕਿਆ ਹੈ ਖੋਇਆ ਖੋਇਆ ਇਹ ਲੋਹਾ ਹੈ ਇਹ ਮਿੱਠਾ ਹੈ ਇਹ ਡਾਢਾ ਕੌੜਾ ਹੈ ਕਹਿੰਦਾ ਤੇਰਾ ਬੰਦੋਬਸਤ ਬੱਕੋ ਓਏ ਕਿਆ ਸ਼ੋਰ ਪਈ ਖੜੋ ਬੱਕੋ ਜੀ ਲਾਲਾ ਇਕੂ ਜਾਂਦੀ ਇਕੂ ਤੂੰ ਅੱਛਾ ਮੈਨੂੰ ਬਜਾ ਬਫਾ ਓਏ ਤੇਰੀ ਤਾਂ ਮੈਂ ਪਿੱਛੇ ਤੇ ਹੱਥ ਰੱਖ ਕੇ ਤੇਰਾ ਸਾਹ ਘੁੱਟ ਦੇਵਾਂ ਤੇ ਕੋਈ ਤੇਰੀ ਸਾਹ ਮੌਤ ਨਹੀਂ ਮਾਰਨਾ ਓਏ ਓਏ ਹਿੰਦੋ ਤੇ ਕੁੱਤੇ ਛੋੜ ਦੇਵੋ ਕੁੱਤੇ ਦੀ ਕੀ ਲੋੜ ਸੀ ਤੁਸਾਂ ਥੋੜੇ ਹੋ ਓਏ ਬਕਵਾਸ ਬੰਦ ਕਰ ਓਏ ਮੇਰਾ ਮੂੰਹ ਕਾਢੇ ਤੇ ਪਿਓ ਇਹ ਕੋ ਜ਼ਹਿਰ ਦੇ ਦਿਓ ਜ਼ਹਿਰ ਦੇ ਤੇ ਇਹ ਕੋ ਇਲਾਕੇ ਦੇ ਕਬਰਸਤਾਨ ਵਿੱਚ ਦਫ਼ਨ ਕਰ ਦੇਵੋ ਇਹ ਫਿਰ ਤਾਂ ਨਿਸ਼ਾਨ ਬਣ ਗਏ ਸੇ ਆਉਣ ਵਾਲੇ ਆਸ਼ਕੇ ਕੀਤੇ ਬਾਬਾ ਸੇ ਦੀ ਗੱਲ ਠੀਕ ਹੈ ਇਕੂ ਜ਼ਹਿਰ ਦੇ ਤੇ ਬਾਅਦ ਦਫ਼ਨ ਕਰ ਦੇਨੂੰ ਅੱਖੋ ਵਨ ਕੁੱਤੇ ਮਾਰ ਜ਼ਹਿਰ ਚਾਵਾ ਵਨ ਮੈਂ ਹਰਾਮ ਮੌਤ ਨਹੀਂ ਮਰਨਾ ਚਾਹੁੰਦਾ ਵੇ ਤੁਸੀਂ ਨਾ ਤੇ ਕੂੰ ਆਖਰੀ ਖੁਆਇਸ਼ ਪੁੱਛੋ ਓਏ ਅੱਜ ਤੇਰੀਆਂ ਸਾਰੀਆਂ ਖਾਹਿਸ਼ਾਂ ਤੇਰੇ ਨਾਲ ਹੀ ਦਫ਼ਨ ਥੀ ਗਏ ਸਨ ਅੱਜ ਇਹ ਸਹਰ ਤੇਰੀ ਮੌਤ ਬਣ ਗਈ ਸੀ ਦੇਖ ਨਾ ਇਹਨੂੰ ਪਿਲਾਵੇ ਸਹਰ ਕਿਆ ਹੈ ਤੂੰ ਕਹਿ ਨਹੀਂ ਪੀਂਦਾ ਕਹਿ ਨਹੀਂ ਪੀਂਦਾ ਤੇ ਖੇਨ ਵਜੇ ਕੋ ਤੇ ਨੌਕਰੇ ਕੋ ਆਖੋ ਇਕੂ ਦਫਨ ਕਰ ਦੇ ਮਨ ਵਜੋ ਸ਼ਾਬਾਸ਼ ਖੇਨ ਲੰਜਸ ਖੇਨ ਲੰਜਸ
तबा तबा मैं तो नांग नांग मार गए तू आग दा पी धाड़ धाड़ क्यों लई खड़ी हाय वो धाड़ वो मैं कहना बच्चा मैं मर वैसा हाय ला किसा परे परे कोई दस परसे अच्छा मैं तो एक दा साथ से कुछ नांग नांग किसा मार मैं कुछ नांग मेरे घर बैठते नांग मार तो हाँ तू ही मेरी जिंदगी बचा सकती भूरल अगर तुम मेरे सीने ला दोगे तो मेरे को आराम मिले भूरल कुछ देर न कर मैं तो तेरी बाली मार भी सकती हूँ मेरे कने फजूल का वक्त वक्त का नहीं भूरल असा तो अपनी जन की तेरे नाम मिला दी है हूँ तेरी मर्जी हम दो बहने तारे बाजार ना बंद भूरल एक तूफान बना है सारी जिंदगी तेरे नाल तूफान की हवा बनते रहा कहीं दा दिल नहीं टुटदा क्योंकि दिल च खुदा वास्ते खुदा वास्ते जान बोझ के हार तप्पा ना मार हर के स्वादी बेच नहीं इश्क दी भावे सरण की तैयारा तू हुक्म तक कर तू प्यार दी पागल थी हाँ हाँ मैं पागल थी रिया मैं अपने प्यार की ताकत नाल दे मार गई मैं चिड़कुआ मैं तो लब लब पे मर गया वे
ਇਲਾਜ ਲੈ ਲੈ ਲਾ ਮੁਹੰਮਦ ਰਸੂਲ ਲਾ ਲਾਲਾ ਚਿੜਕੂ ਲਾਲਾ ਕਿੱਦਾਂ ਰਹਿ ਗਿਆ ਵੇ ਕੰਬਾ ਦੇ ਪੱਖੋ ਮੇਰੇ ਨਾਲ ਧੋਖਾ ਕੀਤਾ ਪੱਖੋ ਮੈਂ ਤੇ ਕੁਝ ਜ਼ਿੰਦਾ ਕਹਿਣਾ ਜਿਹੜਾ ਸਭ ਪੱਖੋ ਲਾਲਾ ਮੈਂ ਮਿੜਕੂਆ ਮੈਂ ਮਿੜਕੂਆ ਲਾਲਾ ਮਿੜਕੂ ਨਹੀਂ ਜਾਣਦਾ ਪੱਖੋ ਚਿੜਕੂ لیکن میں ہوں انسپیکٹر جمال نہیں صرف جمال ہاں میں پولیس کی نوکری چھوڑ دیتی ہے بھورل تاکہ تیرے نال رلتے پگو خان تے انہیں پوترا دے ناسورا کو ختم کر دے سردار یہ دھوکا بھی تھی سکتے میری گال دا یقین کرو اگر یہ جی گال ہوندی پولیس تے کڈوں دی تھپ جو ویندی بھورل لے تو ان دے لہجے وچ سچائی نظر آندی پئی میں جمال میں جام تیری دوستی دینا آوے جوان تیرک کالو مالو تے ہیرا دشمن کو کڑھیں جیون دی مولت نہیں دینا ساڑے رستے دا ایک کنڈا ہا تھانے دار جمال او تا ساڑے رستے تے ہٹ گئے ہون ساڑے رستے چ کوئی دیوار گئے بابا سائیں ساگو پتا لگے جو علاقے دا بدنام ترین جاکو مستو خان بھورل دا ساتھ دیندا پے تے پہلے دا بھورل کلا ہی ہن دے نال مستو ڈاکو ہے مستو ڈاکو اے تا بہو چنگی گال اے دشمن نال لڑائی دا مزہ سے مزہ ڈھیر سال تھی گن جگو دے ہتھ کو خون نہیں لگا دیکھن سو اون ڈاکو کو بکو یار گھبراوی نا تیرا دشمن سارا دشمن ہے بگو خاتا دعائی چوی رب کنو دشمن منگے بابا سہیں اسلہ ساڈا علاقہ ساڈا دولت پولیس طاقت ساڈی ول سکو ڈرن دی کیا لوڑے ہن دشمن دا خاتمہ کرتے راسوں کرتے راسوں دعا کرو دشمن سارا جیندا رہے ونجے جیندا اوئے میکو تارے تے فخر اے اوئے میرے شیرو میکو تارے تے فخر اے حال وال سنا کیا بنیا نمی زندگی جو ملی ہے دفنا چھوڑیا ہنے دفنا اچھا مٹی اتو میرا تو حساب کر رہا گیا نا اچھا پنجار پہ تو میرا نکل آیا گیا بکھو دے کی میں پھسوائے ہو شکر ہے کہ بکھو آ گئی اچھا میں تو بکھو دے بھیرا ترائے ਤੇ ਕੋਨ ਦਾ ਪਿਓ ਟ੍ਰਿੰਨੀ ਕੋ ਨਾ ਜ਼ੋਰ ਓਏ ਲੱਗਦੇ ਬਸਤੇ ਸੰਡਾ ਛੁਟਾ ਬੁਲਾ ਕਿਆ ਬੜਾ ਹੁੰਨੀ ਮੇ ਕੋ ਤਾਂ ਜ਼ਹਾਲ ਪਿਲਾ ਛੋੜੀ ਸ਼ੁਕਰ ਹੈ ਬੱਖੋ ਨਸ਼ੇ ਦੀ ਦਵਾ ਦੇ ਦੀ ਆਏ ਬੱਖੋ ਪਿਆਰ ਕਰੇ ਨਹੀਂ ਇਹਦੇ ਨਾਲ ਓਏ ਪਿਆਰ ਵਾਰ ਕੋ ਛੋੜ ਇਹ ਪਿਆਰ ਦਾ ਟਾਈਮ ਕਹਿ ਨਹੀਂ ਤੂੰ ਅਗਰ ਮੇਰਾ ਸਾਥ ਦੇਵੇਂ ਨਾ ਤੇ ਮੈਂ ਉਹਦੇ ਭਿਰਾਂ ਵਿੱਚ ਉਹਨੇ ਪਿਓ ਕੋ ਮਜ਼ਾ ਚਖਾ ਦੇਵਾਂ ਵੈਸੇ ਲਾਲਾ ਚੁਣਕੂ ਮੇਰੇ ਦਿਮਾਗ 'ਚ ਇੱਕ ਤਰਕੀਬ ਆਈ ਹੈ
ਚੂਨਾ ਆਪਾਂ ਫੂਰਲ ਨਾਲ ਰਲ ਵਜੂ ਤੇ ਜਿਹਨੇ ਫੂਰਲ ਨਾਲ ਰਲਵੇ ਸੂ ਵਾਲਾ ਆਪਾਂ ਆਪਣਾ ਬਦਲਾ ਖੇਨ ਸਕਦੋ ਵਾਹ ਵੇ ਵਾਹ ਤੇਰਾ ਤਾਂ ਦਿਮਾਗ ਹੀ ਸ਼ੈਤਾਨ ਦੀ ਬੁਹਾਲ ਹੈ ਇਹ ਪ੍ਰੋਗਰਾਮ ਤੂੰ ਠੀਕ ਬਣਾਇਆ ਇਹ ਬਹਾਨੇ ਭੂਰਲ ਕੋ ਵੀ ਮਿਲ ਜਿੰਸੂ ਹਾਂ ਤੇ ਭੂਰਲ ਕੀ ਬਾਤ ਹੈ ਤੇਰੀ ਅੱਲਾ ਨਾ ਬੁਲਾਵੇ ਤਾਂ ਪੱਖੋ ਆਉਂਦੀ ਪਈ ਹੈ ਅੱਲਾ ਨਾ ਬੁਲਾਵੇ ਤਾਂ ਪੱਖੋ ਆਉਂਦੀ ਪਈ ਹੈ ਤੇ ਕੋ ਸਾਰਾ ਦੀ ਪੱਖੋ ਦਾ ਖਿਆਲ ਰਹੇ ਵੇ ਨੇ ਆ ਤੇ ਦੇਖ ਤਾਂ ਸਹੀ ਮੇਰੀ ਨਜ਼ਰ ਕਿਹੜੀ ਧੋਖਾ ਨਹੀਂ ਖਾ ਸਕਦੀ ਮੇਰੀ ਪੱਖੋ ਹੈ ਦੇਖ ਬਿਸਮਿਲਲਾ ਬਿਸਮਿਲਲਾ ਅੱਗੇ ਬਖਦੀ ਅੰਬੀ ਦੂਆਂ ਚੁੜੇ ਨਹੀਂ ਅੰਬੀ ਖਿਆਲ ਰੱਖਿਆ ਕਰ ਅਗਰ ਇਹ ਕੋਈ ਠੀਕ ਗਿਆ ਨਾ ਮੈਂ ਤੇਰੇ ਉੱਤੇ ਪਰਚਾ ਕਰਵਾ ਦੀ ਸਹੀ ਅਰੇ ਬੂਆ ਤੇ ਨਾ ਕਰਵਾ ਜਾ ਬੰਦਾ ਰੱਖੀ ਵਧੀ ਬੱਖੋ ਦੇ ਪਰਚਾ ਕਰਨੇ ਸਾਹ ਨਾ ਪੀ ਸਦੇ ਦਾ ਮੈਂ ਹਰ ਵੇਲੇ ਲੜਦੀ ਬੈਠਾ ਬਹੁਤ ਸਾ ਮੈਂ ਵੇ ਲਾ ਕੇ ਦਫਾ ਦੀ ਦਰਵਾ ਦਿੱਤੀ ਮਰੇ ਡਰਾ ਰਹੀ ਤੂੰ ਨਾ ਬੱਖੋ ਬੱਕੋ ਆਪਣੀ ਸ਼ਾਦੀ ਕਦਾ ਥੀ ਸੀ ਇਹ ਨਾ ਹੋਏ ਕੁਆਰੇ ਮਰ ਵਣੀ ਮਰਨ ਤੇਰੇ ਦੁਸ਼ਮਣ ਦੁਸ਼ਮਣ ਮੇਰੇ ਤੇਰੇ ਵਾਰੇ ਸਨ ਸਾਰੇ ਉਹ ਮਰ ਕੇ ਤੇ ਸ਼ਾਦੀ ਕੌਣ ਕਰੇ ਸੇ ਆਪਣੀ ਸ਼ਾਦੀ ਜ਼ਰੂਰ ਥੀ ਇਨਸ਼ਾ ਅੱਲਾ ਫਿਕਰ ਕਿਉਂ ਕਰੇ ਨਾ ਮੈਂ ਬਾਲ 50 ਗਿਨ ਸਹੀ ਮੈਂ ਕਿਹੜਾ ਰੋਕਾਂ ਤੇਰੀ ਮਰਜ਼ੀ ਜਿੰਮਤ ਤੇਰੀ ਹੈ ਮੇਰੀ ਲੈ ਲਈ ਜਗ ਵਿੱਚੋਂ ਇੱਕ ਢੋਲਾ ਓਏ ਜਗ ਵਿੱਚੋਂ ਇੱਕ ਢੋਲਾ ਅਸਾਂ ਚੁਣ ਕੇ ਬਣਾਇਆ ਵੇ
जग विचों एक ढोला असा चुन के बनाया है मैं ढोले मंगा पानी प्यार देना हरसा उंदी नौकरी करी मरसा ओए हाथ बद ढोले कू ओए हाथ बद ढोले कू लख बार दसाया है ओए जग विचों एक ढोला ओए जग विचों एक ढोला असा चुन के बनाया है ओए ढोले मंगा पानी ਤਿਆਰੀ ਕਰ ਘਿਨੋ ਅੱਜ ਦੁਸ਼ਮਣ ਕੋ ਉਹਦੇ ਇਲਾਕੇ ਵਿੱਚ ਵੰਜ ਤੇ ਮਾਰਨੇ ਤੇ ਦੁਸ਼ਮਣ ਕੋ ਉਹਦੇ ਇਲਾਕੇ ਵਿੱਚ ਮਾਰਨ ਦੀ ਚਾਸੀ ਵੀ ਹੈ ਆਵਾ ਸਹੀ ਅਸਲੇ ਦਾ ਤੇ ਢੇਰ ਠੀਕ ਹੈ ਹਾਂ ਬਸ ਤੁਸਾਂ ਹੁਕਮ ਕਰੋ ਕਿ ਕਿਹੜੇ ਵੇਲੇ ਵੇਸੂ ਲਾਸਾਂ ਯਾ ਸਾ ਮਰੀਜੂ ਯਾ ਸਾਰਾ ਦੁਸ਼ਮਣ ਅਸੇ ਜੋ ਅੱਜ ਕੋਈ ਨਾ ਮਰਸੇ ਅੱਜ ਕਬਰ ਦੁਸ਼ਮਣ ਦੀ ਬਰਸੇ ਅੱਜ ਮੇਰੇ ਹੱਥ ਵਿੱਚ ਸਰਕਾਰ ਮੁਛਦਾ ਪੇ ਜਿਵੇਂ ਲੱਗਦੇ ਜਿਵੇਂ ਮੇਰੇ ਹੱਥ ਚੋਂ ਕੋਈ ਕਤਲ ਥੀ ਸੀ ਰੱਬ ਸੋਹਣੇ ਨਾ ਵਾਸਤਾ ਇਹ ਖੂਨ ਖਰਾਬਾ ਛੋੜ ਦਿਓ ਇਹ ਖੂਨ ਖਰਾਬੇ ਦੇ ਵਿੱਚ ਨੁਕਸਾਨ ਦੇ ਸਿਵਾ ਵੀ ਕੁਝ ਨਹੀਂ ਮਿਲਣਾ ਇੱਕ ਪੁੱਤਰ ਮਰਵਾ ਤੇ ਤੇ ਹਾਲੀ ਨਹੀਂ ਹਾਨੀ ਠਰਿਆ ਜੋ ਤੂੰ ਮੇਰੇ ਬੇ ਪੁੱਤਰ ਕੋ ਗਿਦੀ ਵੇ ਨਹੀਂ ਕਤਲ ਗਾਏ ਰਜ਼ੀਆ ਬੇਗਮ ਆਕੂ ਪੁਸਤਲੀ ਦਾ ਸਬਕ ਨਾ ਦੇ ਤੂੰ ਕੀ ਆਦੀ ਜਸ ਚੂੜੀਆਂ ਪਾਤੇ ਖਰਚ ਬਹਿਰੂ ਬੱਕੂ ਖਾਨ ਤੂੰ ਬਦਮਾਸ਼ ਤਾਂ ਨਾ ਹੈ ਜਿਹਨੇ ਕਹੀ ਦੁਸ਼ਮਣ ਕੋਪੜੀ ਕੰਢ ਨਹੀਂ ਦਿਖਾਈ ਤੇ ਅੱਜ ਵੀ ਮੈਂ ਦੁਸ਼ਮਣ ਕੋ ਆਪਣੀ ਕੰਢ ਨਹੀਂ ਦਿਖਾਵਣੀ ਸਮਝ ਆਈਏ ਤੇ ਕੋ ਅਮਾ ਪੱਥਰ ਨਾਲ ਸਿਰ ਟਕਾਵਣ ਨਾਲ ਆਪਣਾ ਸਿਰ ਜ਼ਖਮੀ ਥਿੰਦੇ ਤੂੰ ਚੁੱਪ ਕਰ ਤੇ ਘਰ ਵੰਨ ਤੂੰ ਸਾਰੀ ਹਯਾਤੀ ਅੱਬਾ ਸੇ ਕੋ ਸਮਝਾਉਣ ਦੀ ਕੋਸ਼ਿਸ਼ ਕੀਤੀ ਏ
पर बस तेरी कोई गल कह नहीं मनी इवें अपना सिर नख पा अबे दे दिमाग का दरवाजा बंद कीजिए एको खड़कावना फतूल फतूल ठीक है मेरे पुत्रो आज तू बात तू सा जीत गयो है ते मैं हार गयो आज तू बात मैं तो आप कहना रुके सा एक तो मैं ही दी तबलीग तू तंग आ गई जेड़े वेले देखो तबलीग खा करें दी वती है लोए पहले ही देर चीगी दुश्मन दे स्वागत दे गए आओ मेरे नाल बाबा सिंह खैर तो है आज कितना तैयारी है आज जशा अपने दुश्मन को मुकावण देने पैसे मेरी थी तो घर वन शाबाश ना बाबा सिंह मैं भी तोड़ी नाल जुल सा असा लड़ाई ते वेने पियो मेले देनी जो ते को भी नाल खेल दियो हां मेरी थी तेरा भरा ठीक आदा पे तू घर वन ठीक है बाबा सिंह जिमे तोड़ी मर्जी ओए कालुआ और वक्त सही की ते बगैर दुश्मन दे सिर ते मौत बनते पट बजे यूं जो दग भी ठेस आ रहा आओ मेरे नाल चलो सरदार साहब क्या गल है बग्गू खान ते ओंदे पुत्र भूरल दी तलाश विच जंगल वाली साइड ते निकल गए अज उन्हां दे सिर ते खून सवार है भाई मैं बोल के बग्गू खान ने अपनी मौत को आवाज दी है भूरल अज सोने रब ने अपनी दुआ सुन के दी ते अज दुश्मन बच के कहना वे से मस्तू खान ਬੱਗੂ ਖਾਂ ਤੇ ਬੱਗੂ ਖਾਂ ਦੇ ਪੁੱਤਰਾਂ ਦਾ ਅੱਜ ਜੰਗਲ ਵਿੱਚ ਕਬਰ ਗੁਸਤਾਨ ਬਣਾਉਣੇ ਤੂੰ ਜੋ ਅੱਜ ਤਾਂ ਪੁੱਜ ਗਏ ਉਹ ਅੱਜ ਤਾਂ ਜ਼ਿੰਦਾ ਕਹਿਣਾ ਵੇ ਸੀ ਨਵਾਜ਼ ਖਾਨ ਅੱਜ ਆਪਣੇ ਪੱਤਿਆਂ ਨੂੰ ਇਕੱਠਾ ਕਰ ਗਿਰੋ ਤੇ ਅੱਜ ਹੀ ਜੰਗਲ ਦੇ ਵਿੱਚ ਮੌਤ ਦਾ ਮੇਲਾ ਲੱਗੇ ਮੇਲਾ ਲੱਗੇ दुआ मंग के भूरल साकू मिल वने मैं कु कसम है मेरे भरा दे खून दी ई हो जा इंतकाम किंसा ई हो जा इंतकाम किंसा क्यों दी आवन वाली नस्ल याद करे सी बाबा सिंह
ਇਹੋ ਜੰਗਲ ਹੈ ਜਿੱਥਾਂ ਭੂਰਲ ਮਸਤੂ ਡਾਕੂ ਦੀ ਪਨਾਹ ਚ ਹੈ। ਅੱਜ ਭੂਰਲ ਦੀ ਇਹ ਪਨਾਹ ਗਾਹ ਹੁੰਦੀ ਮੌਤ ਬਣ ਗਈ ਸੀ। ਮੌਤ ਬਣਦੇ ਪਹਿ ਵਜੋਂ ਹੀ ਜੰਗਲ ਦੇ ਵਿੱਚ ਆਓ ਮੇਰੇ ਨਾਲ। ਬੱਗੂ ਯਾਰ, ਬਾਬਾ ਇਹ ਸਮਾਂ ਨਿਯਮ ਦੀ ਜੰਗਲ ਵਿੱਚ ਦੁਸ਼ਮਣ ਕੋ ਲੱਭਣ ਆਏ ਸੇ, ਇਹ ਦੋ ਲਾਲੇ ਕੋ ਨਾਲ ਦੀ ਕਿਆ ਜ਼ਰੂਰਤ ਪਏਗੀ ਘਿਣ ਕੇ ਤੁਰ ਪਵੇ। ਜੱਗੂ ਖਾਂ, ਮੈਂ ਦੋ ਲਾਲੇ ਕੋ ਹੀ ਸੰਗੂ ਨਾਲ ਘਿਣ ਆਇਆ। ਜੱਡਾ ਮੇਡਾ ਪੁੱਤਰ ਮਰਿਆ ਹਾ ਤਾਂ ਮੈਂ ਦੋਲ ਵਜਾਇਆ, ਤੇ ਅੱਜ ਦੁਸ਼ਮਣ ਦੀ ਲਾਸ਼ ਤੇ ਵੀ ਮੈਂ ਦੋਲ ਵਜਵੇ ਸਾਂ। ਏਡਾ ਸੋਹਣਾ ਰੱਬਾ, ਮੈਂ ਤੇਰਾ ਕਿਵੇਂ ਸ਼ੁਕਰ ਅਦਾ ਕਰਾਂ ਜੋ ਅੱਜ ਮੇਰੇ ਦੁਸ਼ਮਣ ਮੇਰੇ ਸਾਹਮਣੇ ਆ ਤੇ ਖੜ ਗਏ। ਅੱਜ ਮੁੱਦ ਤੇ ਬਾਅਦ ਬੱਗੂ ਖਾਂ ਦੇ ਹੱਥੇ ਕੋ ਦੁਸ਼ਮਣ ਦੀ ਰੱਤ ਦੀ ਮਹਿੰਦੀ ਲਕਸੇ ਮਹਿੰਦੀ। ਅੱਜ ਵੱਡੀ ਮੁੱਦਤ ਬਾਅਦ ਤੁਹਾਡਾ ਸਾਡਾ ਤਾਕਤ ਅੱਜ ਭੂਰਤ ਡਰ ਲੱਗਦਾ ਪੇ। ਬਾਬਾ ਸਹੀ ਡਰ ਲੱਗਦਾ ਪੇ ਮੇਕੂ। ਇਹ ਦੇਖੋ ਕਿਤਨੇ ਸਾਰੇ ਕਦੇ ਗੋਲੀ ਨਾ ਮਾਰ ਦੇਵਨ। ਭੱਜ ਲੂ ਇੱਥੋਂ। ਅਦਾ ਤੇ ਪੁੱਤ ਪਤਾ ਮੇਰੇ ਕੋ ਮੌਤ ਕਰੂ ਡਾਢਾ ਡਰ ਲੱਗਦੇ, ਪਰ ਬੰਦੇ ਕੋ ਮਾਰਨ ਦੀ ਡਾਢੀ ਚਸ ਹੁੰਦੀ ਹੈ। ਮੇਰੇ ਕੋ ਤਾਂ ਤੁਸਾਂ ਕਹੀਂ ਸਰਕਸ ਤੇ ਚੌਕਰ ਲੱਗਦਾ। ਓਏ ਚਿਤਨਾ ਖਿਲਣਾ ਖਿਲ ਗਿਣਾ, ਹੁਣ ਮੌਤ ਤੁਹਾਡਾ ਮੁਕੱਦਰ ਬਣਵੇ ਸੀ। ਵਾਹ ਭਾਈ ਵਾਹ, ਅੱਜ ਤਾਂ ਤੂੰ ਥਾਣੇਦਾਰ ਕੋਈ ਨਾਲ ਕੀਤੇ ਆਈ। ਮੇਕੂ ਤੂੰ ਥਾਣੇਦਾਰ ਨਾ ਆਖ, ਅੱਜ ਮੈਂ ਤੁਹਾਡੀ ਮੌਤ ਬਣ ਤੇ ਥਾਂ ਆ ਗਿਆ। ਅੱਜ ਤਾਂ ਤੂੰ ਕੋਈ ਕਾਨੂੰਨ ਨਹੀਂ ਬਚਾ ਸਕਦਾ। ਵੇ ਚਮ ਚੀਤੇ ਦੇ ਪੁੱਤਰੋ, ਵੇ ਤੁਸਾਂ ਢੇਰ ਸਾਰੀ ਦੇਰ ਜੀ ਕੀ ਦੇਵੇ। ਮੇਰਾ ਨਾਂ ਹੈ ਨਬਲਾ, ਅੱਜ ਮੈਂ ਵਜੇ ਸਾਂ ਤੁਹਾਡਾ ਤਬਲਾ। ਮਲੰਗੀ ਜ਼ਿੰਦਗੀ ਪਹਿਲੀ ਵਾਰੀ ਬਿਠੇ ਜੋ ਮੌਤ ਦੇ ਸਾਹਮਣੇ ਆ ਗਈ। ਹੈ ਤੈਨੂੰ ਪਤਾ ਕਹਿਣੀ, ਮੈਂ ਤੇਰੀ ਨਸਲ ਦਾ ਫਿਰ ਬਾਹਰ ਨਾ ਗਿਆ। ਓਏ ਤੁਹਾਡੀ ਤਕਰੀਰ ਖਤਮ ਠੀਕ ਹੀ ਹੋਵੇ,
ਤਾਂ ਇਜਲਾਸ ਦੀ ਕਾਰਵਾਈ ਸ਼ੁਰੂ ਕਰੂੰ। ਜੱਗੂ, ਇਜਲਾਸ ਦੀ ਕਾਰਵਾਈ ਵੀ ਠੀਕ ਏ, ਪਰ ਹੁਣ ਤੂੰ ਪਹਿਲੇ ਓਏ ਗੋਲੀਆ, ਓਏ ਗੋਲੀਆ। برداشت کر سکتے تو میرا افسر نہیں کہ میں سر جونیئر نبلا آج آج وجہ ہی ملے نبلا نبلا ہوش کر تیرے کو کچھ نہیں تھی سکتا نہیں نہیں نبلا نہیں نبلا یہ کیا تھی کہ نبلا ہوش کر Yeah.
ढोल वजह से
ते ढोल बजाते ऐलान करे से, ऐलान करे से, जो इंसान कुछ नहीं, गुड़ा है, उन्हीं कोई आकर, वो सोने रब दे अगुप कुछ नहीं, आ वादा उला जरीक है उधा कोई जरीक नहीं, आज बग्गू का ढोल बजाते ऐलान करे से, ऐलान करे से, अल्लाह अकबर, ओए बग्गू मुर्दाबाद, सोड़ा रब जिंदाबाद, जिंदाबाद है बेजा लेन मुर्दाबाद, मुर्दाबाद, अल्लाह हर गे दुश्मनी च कुछ कह नहीं रखिया, कुछ कह नहीं रखिया दुश्मनी च, असा सारे प्यार नाल रासू, प्यार नाल रासू, मैं ते को माफ कीता, बल्कि असा सारे तो को माफ कीता।